ਹੋਰ ਦਵੀਨਾ ਦੇਖਦੇ ਨੇ ਉਹ ਪਰ ਇੱਕ ਵੱਡੀ ਵਡਿਆਈ ਹੈ ਜੇ ਇਸ ਮਨੁੱਖ ਨੂੰ ਇਸ ਕੀਰੇ ਕਰਮ ਰੂਪ ਮਨੁੱਖ ਨੂੰ ਜੇਕਰ ਗੁਰੂ ਮਿਲ ਜਾਵੇ ਨਾ ਜੇ ਗੁਰੂ ਵਾਲਾ ਬਣ ਕੇ ਸੇਵਾ ਸਿਮਰ ਨਾਮ ਜਪ ਕੇ ਆਪਣੇ ਆਪੇ ਦੀ ਪਹਿਚਾਨ ਕਰ ਲਵੇ ਤੇ ਇਸ ਸੱਚ ਦੀ ਪਹਿਚਾਨ ਕਰ ਲਵੇ ਜੋ ਗੁਰੂ ਮਹਾਰਾਜ ਕਰਾਉਣ ਵਾਸਤੇ ਆਏ ਨਾਮ ਤਾਂ ਪਹਿਲਾਂ ਤੋਂ ਹੀ ਹੈ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਨਾਮ ਤਾਂ ਪਹਿਲਾਂ ਤੋਂ ਹੀ ਹੈ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਜਦੋਂ ਸ੍ਰਿਸ਼ਟੀ ਬਣੀ ਸੀ ਤੇ ਗੁਰੂ ਨਾਨਕ ਮਹਾਰਾਜ ਕਲਯੁਗ ਚੋਂ ਆਏ ਕਿਉਂ ਆਏ ਨਾਮ ਤਾਂ ਪਹਿਲਾਂ ਹੀ ਸੀ ਮੰਨਦਾ ਨਹੀਂ ਸੀ ਕੋਈ ਮਨਾਉਣ ਵਾਸਤੇ ਆਏ ਸੀ ਮਨਾਉਣ ਵਾਸਤੇ ਆਏ ਸੀ ਵੀ ਮੰਨ ਜਾ ਤੂੰ ਆ ਕੁਸ਼ਤੀਆਂ ਦੇਖਦੇ ਆਪਾਂ ਪਹਿਲਵਾਨਾਂ ਦੀਆਂ ਉਹ ਮਨਾਉਣਾ ਹੁੰਦਾ ਵੀ ਨਹੀਂ ਮੰਨਦਾ ਉਹਦੇ ਗੋਡਾ ਰੱਖਦੇ ਨੇ ਧੌਣ ਤੇ ਵੀ ਮੰਨ ਉਹ ਕਹਿੰਦਾ ਹਾਂ ਮੈਂ ਮੰਨ ਗਿਆ ਮੈਂ ਹਾਰ ਗਿਆ ਉਹ ਮਨਾਉਣ ਵਾ ਨਾਮ ਤਾਂ ਹਰ ਯੁੱਗ ਚ ਨਾਮ ਦੀ ਮਹਿਮਾ ਹੈ ਪਰ ਕਲਯੁੱਗ ਚ ਐਸਾ ਹੋਇਆ ਕਿ ਨਾਮ ਤੋਂ ਬੇਮੁਖੀ ਹੋ ਗਏ ਰਿਧੀਆਂ ਸਿਧੀਆਂ ਤੱਕ ਹੀ ਰਹਿ ਗਏ ਬਸ ਵੱਡੇ ਤੋਂ ਵੱਡਾ ਜਿਹੜਾ ਸੀ ਨਾ ਆਪਣੇ ਆਪ ਨੂੰ ਵੀ ਮੈਂ ਬਹੁਤ ਵੱਡਾ ਉਹ ਰਿੱਧ ਸਿੱਧ ਸਾਹਿਬ ਮੋਹ ਹੈ ਮਹਾਰਾਜ ਕਹਿੰਦੇ ਨਾਮ ਨਾ ਵਸਿਆ ਮਨ ਹਾਏ ਸੋ ਮਨਾਉਣ ਵਾਸਤੇ ਆਏ ਸੀ ਮਹਾਰਾਜ ਮਨਾਇਆ ਨਾ ਫਿਰ ਮਨਾਇਆ ਕੌਡੇ ਰਾਕਸ਼ ਨੂੰ ਮਨਾਇਆ ਫਿਰ ਧੌਣ ਤੇ ਗੁੜਾ ਰੱਖ ਕੇ ਬਲੀ ਕੰਧਾਰੀ ਨੂੰ ਮਨਾਇਆ ਕਿਹਨੂੰ ਕਿਹਨੂੰ ਨਹੀਂ ਮਨਾਇਆ ਮਨਾਇਆ ਉਹਨਾਂ ਨੂੰ ਫਿਰ ਨਾਮ ਹੈ ਸਿੱਧ ਮੰਨ ਗਏ ਸਾਰੇ ਮੰਨ ਗਏ ਚੋਰ ਡਾਕੂ ਠੱਗ ਜਿੱਥੇ ਵੀ ਮਾਰੇ ਗਏ ਪਹਿਲਾਂ ਲੱਤਾਂ ਜੀ ਹਟਾਉਂਦੇ ਸੀ ਫਿਰ ਮੰਨ ਜਾਂਦੇ ਸੀ ਕਿਹੜਾ ਝੱਲੇ ਗੁਰੂ ਦੀ ਝੱਲ ਆ ਕੌਣ ਝੱਲਦਾ ਦਾਸ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਮੇਰੇ ਵੱਡੇ ਭੈਣ ਜੀ ਨੇ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਮਾਧੇ ਲਿਖ ਲਾ ਦਿੱਤਾ ਨਹੀਂ ਲਾ ਲਿਆ ਉਹਨਾਂ ਨੇ ਇਹ ਖੇਲ ਆਪਾਂ ਸ਼ਬਦ ਸ਼ੁਰੂ ਕੀਤਾ ਇਹ ਖੇਲ ਪਰਮੇਸ਼ਰ ਵਾਲੇ ਪਾਸੋਂ ਚੱਲ ਰਿਹਾ ਅਸੀਂ ਤਾਂ ਜਿੱਥੇ ਜਿੱਥੇ ਜਿਉਂ ਚਲਾਏ ਤੋਂ ਚੱਲਿਆ ਸਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉਂ ਤੂੰ ਚਲਾਵੇਂ ਤਿਵੇਂ ਚੱਲਾਂ ਜਿੰਨਾ ਮਾਗ ਪਾਵੇ ਇਹਨਾਂ 'ਤੇ ਕਿਰਪਾ ਕਰਕੇ ਵੱਡੀ ਭਗਤੀ ਹੈ ਇਹਨਾਂ ਦੀ ਵੱਡੀ ਬਖਸ਼ਿਸ਼ ਹੈ ਇਹਨਾਂ ਉੱਤੇ ਮਹਾਰਾਜ ਦੀ ਗੁਰੂ ਨਾਨਕ ਦੇ ਘਰ ਵਿੱਚ ਬਖਸ਼ਾਂ ਨਾਲ ਆਇਆ ਜਾਂਦਾ ਇਹ ਸੰਸਾਰ ਦੇ ਉੱਤੇ ਬਖਸ਼ਾਂ ਲੈ ਕੇ ਆਇਆ ਜਾਂਦਾ ਸੇਵਾ ਕਰਨ ਵਾਸਤੇ ਨਹੀਂ ਤਾਂ ਕਿੱਥੇ ਵੱਡਾ ਸਥਾਨ ਸਾਂਭਣਾ ਇਕੱਲੇ ਨੇ ਭੈਣ ਜੀ ਬਸ ਇਕੱਲੇ ਰਹਿੰਦੇ ਉੱਥੇ ਇੱਕ ਸੇਵਾਦਾਰ ਹੈ ਬਾਕੀ ਸਾਰੀ ਸੇਵਾ ਨਗਰ ਤੋਂ ਬੀਬੀਆਂ ਆ ਕੇ ਕਰਦੀਆਂ ਜਿਹੜੀਆਂ ਬੀਬੀਆਂ ਨੇ ਭੈਣ ਜੀ ਕੋਲੋਂ ਸੰਥਿਆ ਲੈ ਕੇ ਗੁਰਬਾਣੀ ਦੇ ਪਾਠ ਕਰਨੇ ਸਿੱਖੇ ਬਾਬਾ ਸਾਧੂ ਸਿੰਘ ਉਹਨਾਂ ਦਾ ਜਿਹੜਾ ਸੇਵਾਦਾਰ ਜਹੇਦਾਰ ਸੁਖਜੀਤ ਸਿੰਘ ਹੈ ਉਹ ਇਹਨਾਂ ਕੋਲੋਂ ਸੰਥਿਆ ਲੈਂਦਾ ਰਿਹਾ ਕਿੰਨੇ ਸਿੰਘ ਸੰਥਿਆ ਲੈ ਕੇ ਖੰਡ ਪਾਠੀ ਬਣੇ ਕਿੰਨੀਆਂ ਬੀਬੀਆਂ ਨੂੰ ਕੀਰਤਨ ਸਿਖਾਇਆ ਕਿੰਨੇ ਬੀਬੀਆਂ ਨੂੰ ਪਾਠੀ ਬਣਾਇਆ ਕੋਈ ਹੈ ਅੰਤ ਕਿਤੇ ਜਾ ਕੇ ਦੇਖਿਓ ਕਦੇ ਸੰਗਰੂਰ ਉੱਥੇ ਇੱਕ ਪਰੇ ਗੁਰਦੁਆਰਾ ਹੈ ਸਾਡੇ ਘਰ ਦੇ ਕੋਲੇ ਪੁਰਾਣੇ ਘਰ ਦੇ ਕੋਲੇ ਉਸ ਗੁਰੂ ਘਰ ਵਿੱਚ ਜਦੋਂ ਬਣਿਆ ਸੀ ਤਾਂ ਭੈਣ ਜੀ ਨੇ ਉੱਥੇ ਨਿੱਕੀਆਂ ਨਿੱਕੀਆਂ ਕੁੜੀਆਂ ਨੂੰ ਕੀਰਤਨ ਸਿਖਾਉਣਾ ਗੁਰਬਾਣੀ ਸੁਣਾਉਣੀ ਪਾਠੀ ਬਣਾਉਣਾ ਵੀ ਰਹਿਰਾ ਸਾਹਿਬ ਕਰਨੇ ਆ ਜਪ ਸਾਹਿਬ ਕਰਦਾ ਪੰਜੇ ਬਾਣੀਆਂ ਉਸ ਗੁਰੂ ਘਰ ਵਿੱਚ ਉਹ ਐਸੀ ਰੀਤ ਚਲਾਈ ਭੈਣ ਜੀ ਉਹਨਾਂ ਨਿੱਕੀ ਨਿੱਕੀ ਕੁੜੀਆਂ ਅੱਜ ਤੱਕ ਉੱਥੇ ਕੋਈ ਖੰਡ ਪਾਠੀ ਨਹੀਂ ਹੈ ਉੱਥੇ ਉਹ ਜਿਹੜੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਉਹ ਅੱਗੇ ਸਿਖਾ ਜਾਂਦੀਆਂ ਨੇ ਉਹ ਅੱਗੇ ਸਿਖਾ ਜਾਂਦੀਆਂ ਨੇ ਕੁੜੀਆਂ ਹੀ ਉੱਥੇ ਪਾਠ ਕਰਦੀਆਂ ਨੇ ਇਹ ਬਖਸ਼ਿਸ਼ ਹੈ ਨਾ ਸੋ ਭੈਣ ਜੀ ਉਹਨਾਂ ਨੇ ਕੀਰਤਨ ਕੀਤਾ ਹੈ ਸਮਾਗਮ 'ਤੇ ਇਹਨਾਂ ਨੇ ਆਉਣਾ ਸੀ ਨਹੀਂ ਆ ਸਕੇ ਉੱਥੇ ਵੱਡੀ ਸੇਵਾ ਜ਼ਿੰਮੇਵਾਰੀ ਹੈ ਇਹਨਾਂ ਸਥਾਨ ਦੇ ਉੱਤੇ ਇਹ ਗੁਰੂ ਨਾਨਕ ਦਾ ਘਰ ਹੈ ਸਾਧ ਸੰਗਤ ਜੀ ਇਹ ਸਾਰਾ ਇੰਤਜ਼ਾਮ ਗੁਰੂ ਨਾਨਕ ਮਹਾਰਾਜ ਨੇ ਕੀਤਾ ਹੋਇਆ ਹੈ ਸਾਰਾ ਹੀ ਸੰਗਤਾਂ ਨੂੰ ਕਿਵੇਂ ਜੋੜਨਾ ਕਿੱਥੇ ਜੋੜਨਾ ਕਿੱਥੇ ਸੇਵਾ ਲਾਉਣੀ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਨਾ ਡਿਊਟੀਆਂ ਲੱਗੀਆਂ ਹੋਈਆਂ ਜਗ੍ਹਾ ਜਗ੍ਹਾ 'ਤੇ ਅਕਾਲ ਪੁਰਖ ਦੀ ਫੌਜ ਦੀਆਂ ਇੱਕ ਦੇਸ਼ ਦੀ ਫੌਜ ਦੀਆਂ ਇੱਕ ਦੇਸ਼ 'ਚ ਲੱਗਦੀਆਂ ਨੇ ਜਿਹੜੀ ਅਕਾਲ ਪੁਰਖ ਦੀ ਆ ਉਹ ਸਾਰੇ ਸੰਸਾਰ 'ਤੇ ਡਿਊਟੀਆਂ ਲੱਗਦੀਆਂ ਨੇ ਆਪਣੇ ਮਹਾਂਪੁਰਸ਼ ਵੱਡੇ ਮਹਾਂਪੁਰਸ਼ ਸੰਸਥਾ ਦੇ ਭੈਣ ਜੀ ਕੋਲੇ ਜਾ ਕੇ ਉੱਥੇ ਘੰਟਾ ਡੇਢ ਘੰਟਾ ਬਹਿ ਕੇ ਲੱਸੀ ਛੱਕ ਕੇ ਬਚਨ ਕਰਕੇ ਫਿਰ ਅੱਗੇ ਬਾਬਾ ਸਾਧੂ ਸਿੰਘ ਕੋਲ ਜਾਇਆ ਕਰਦੇ ਸੀ ਸ਼ਹਿਰ ਬਹੁਤ ਪਿਆਰ ਬਹੁਤ ਬਖਸ਼ਾ ਕੀਤੀ ਉਹਨਾਂ ਨੇ ਵੀ ਕੀਰਤਨ ਕੀਤਾ ਹੈ ਸੋ ਆਪਾਂ ਬਚਨ ਕਰ ਰਹੇ ਸੀ ਕਿ ਇਹ ਨਾਮ ਤਾਂ ਸ਼ੁਰੂ ਤੋਂ ਹੀ ਸੀ ਜਦੋਂ ਸ੍ਰਿਸ਼ਟੀ ਬਣੀ ਹੈ
ਪਰ ਇਹਨੂੰ ਮੰਨਦਾ ਨਹੀਂ ਸੀ ਕੋਈ। ਮੰਨੇ ਨਾ ਉਹ ਸੋਈ ਸੋਈ ਜਣ ਜਾਏ, ਜਿੱਤੇਗਾ ਉਹ ਜਿਹੜਾ ਮੰਨਾ ਉਹਨੂੰ ਮੰਨ ਲਏਗਾ। ਅਤੇ ਨਾਮ ਨੂੰ ਮਨਾਉਂਦਾ ਕੌਣ ਹੈ? ਗੁਰੂ ਨਾਨਕ। ਅਤੇ ਗੁਰੂ ਨਾਨਕ ਕਿੱਥੇ ਹੈ? ਅਤੇ ਗੁਰੂ ਨਾਨਕ ਮਹਾਰਾਜ ਦਾ ਇੰਤਜ਼ਾਮ ਸਾਰਾ ਕੀਤਾ ਹੋਇਆ। ਜਿੰਨੇ ਸਾਧੂ ਮਹਾਤਮਾ ਗੁਰਬਾਣੀ ਦੇ ਰਸੀਏ ਗੁਰਮੁਖ, ਸਾਰਾ ਇੰਤਜ਼ਾਮ ਗੁਰੂ ਨਾਨਕ ਮਹਾਰਾਜ ਨੇ ਕੀਤਾ ਹੋਇਆ ਇਹ। ਆਪਾਂ ਦੀਆਂ ਨਿਗਾਹ ਸਾਡੀ ਹੋਰ ਹੋ ਜਾਂਦੀ, ਅਸੀਂ ਪਛਾਣ ਨਹੀਂ ਸਕਦੇ। ਇਸ ਸਥਾਨ ਦੇ ਉੱਤੇ ਮਹਾਂਪੁਰਸ਼ਾਂ ਨੇ ਕਿੰਨਿਆਂ ਨੂੰ, ਲੱਖਾਂ ਨੂੰ ਨਾਮ ਨਾਲ ਜੋੜਿਆ ਹੋਇਆ। ਇਹ ਐਂ ਚੱਲਦਾ ਕੰਮ ਗੁਰੂ ਨਾਨਕ ਮਹਾਰਾਜ ਦਾ। ਸੋ ਇਸ ਕਰਕੇ ਉਹ ਬੇਅੰਤ ਨੇ ਮਹਾਰਾਜ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਗਮ ਅਗੋਚਰਾ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਜ਼ਮੀਂ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਜ਼ਮੀਂ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਸਮਸਤ ਏਕ ਜੋਤ ਹੈ। ਜ਼ਮੀਂ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਵਾਡ ਹੈ, ਨਾ ਘਾਟ ਹੈ ਨਾ ਵਾਡ ਹੈ, ਨਾ ਵਾਡ ਘਾਟ ਹੋਤ ਹੈ। ਨਾ ਘਾਟ ਹੈ ਨਾ ਵਾਡ ਹੈ, ਨਾ ਵਾਡ ਘਾਟ ਹੋਤ ਹੈ। ਨਾ ਵਾਡ ਘਾਟ ਇੱਥੇ ਆਉਣਾ ਅਸੀਂ। ਇਹ ਸਾਡੀ ਮੰਜ਼ਿਲ ਹੈ, ਇਹ ਸਾਡੀ ਮੰਜ਼ਿਲ ਹੈ ਸਾਧ ਸੰਗਤ ਜੀ। ਇੱਕ ਓਮਕਾਰ 'ਤੇ ਰੁਕ ਜਾਇਆ ਕਰੀਏ ਅਸੀਂ। ਜਦੋਂ ਬਾਣੀ ਸ਼ੁਰੂ ਹੁੰਦੀ ਹੈ ਕੋਈ, ਇੱਕ ਓਮਕਾਰ ਤਾਂ ਅਸੀਂ ਛੱਡ ਹੀ ਜਾਂਦੇ, ਸਮਝ ਲਓ ਬਸ ਲੰਘ ਹੀ ਜਾਂਦੇ ਅੱਗੇ, ਇੱਕ 'ਤੇ ਹੀ ਖੜ ਜਾਈਏ। ਜਦੋਂ ਗੁਰੂ ਨਾਨਕ ਮਹਾਰਾਜ ਨੇ ਚੁੱਭਾ ਮਾਰਿਆ ਸੀ ਵੇਂ ਨਦੀ 'ਚ, ਤਿੰਨ ਦਿਨ ਬਾਅਦ ਬਾਹਰ ਆਏ ਸੀ, ਤਾਂ ਉੱਥੇ ਪੁੱਛਿਆ ਸਾਰਿਆਂ ਨੇ ਇਕੱਠੇ ਹੋ ਕੇ। ਤੁਸੀਂ ਕਹਿੰਦੇ ਹੋ ਅਸੀਂ ਦਰਗਾਹ 'ਚ ਗਏ ਸੀ ਪਰਮੇਸ਼ਵਰ ਜੀ, ਕਿਸ ਤਰ੍ਹਾਂ ਦਾ ਹੈ ਪਰਮੇਸ਼ਵਰ ਸਾਡੇ ਤੇ? ਕਿਰਪਾ ਕਰੋ ਦੱਸੋ ਸਾਨੂੰ ਕਿਸ ਤਰ੍ਹਾਂ ਦਾ ਪਰਮੇਸ਼ਵਰ ਜਿਹਨੇ ਇੰਨੀ ਵੱਡੀ ਸ੍ਰਿਸ਼ਟੀ ਸਾਜੀ ਹੋਈ ਹੈ। ਮਹਾਰਾਜ ਕਹਿੰਦੇ ਇੱਕ, ਇਹਨਾਂ ਕਿ ਚੁੱਪ ਕਰ ਗਏ, ਇੱਕ ਕਹਿ ਕੇ ਚੁੱਪ ਕਰ ਗਏ। ਕਿਸੇ ਨੂੰ ਸਮਝ ਨਹੀਂ ਆਇਆ, ਸਾਨੂੰ ਵੀ ਸਮਝ ਨਹੀਂ ਆਉਂਦਾ। ਹੁਣ ਉਹ ਤਾਂ ਜਾਣਦੇ ਸੀ, ਉਹ ਤਾਂ ਮਾਲਕ ਸੀ। ਇੱਕ ਨਹੀਂ ਸਮਝ ਆਇਆ, ਫਿਰ ਅੱਗੇ ਮਹਾਰਾਜ ਕਿਹਾ ਓਮਕਾਰ। ਕੁਛ ਕੁਛ ਕਿਸੇ ਨੂੰ ਸਮਝ ਆ ਗਿਆ, ਕਿਉਂਕਿ ਓਮ ਜਿਹੜਾ ਸ਼ਬਦ ਸੀ ਇਹ ਵੇਦਾਂ ਵਿੱਚ ਵੀ ਆਉਂਦਾ ਹੈ। ਉਹ ਕਹਿੰਦੇ ਸੀ ਵੀ ਇੱਕ ਪੈਦਾ ਕਰਨ ਵਾਲਾ, ਇੱਕ ਪਾਲਣ ਵਾਲਾ, ਇੱਕ ਮਾਰਨ ਵਾਲਾ, ਅਲੱਗ ਅਲੱਗ ਤਿੰਨ ਨੇ, ਉੱਥੇ ਉਹਨੂੰ ਓਮ ਕਹਿੰਦੇ। ਪਰ ਮਹਾਰਾਜ ਕਹਿੰਦੇ ਨਹੀਂ, ਇੱਕ ਇੱਕ ਹੈ। ਜ਼ਮੀ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਇਹ ਹੈ ਸਾਡੀ ਮੰਜ਼ਿਲ। ਨਾਹਾਨ ਹੈ ਨਾ ਬਾਨ ਹੈ, ਨਾਹਾਨ ਹੈ ਨਾ ਬਾਨ ਹੈ, ਸਮਾਨ ਰੂਪ ਜਾਨੀਐ। ਨਾਹਾਨ ਹੈ ਨਾ ਬਾਨ ਹੈ, ਸਮਾਨ ਰੂਪ ਜਾਨੀਐ। ਸਮਸਤੇ
ਸਿਖਣ ਵੱਡੇ करता ध्यान सुनो करता एक ओंकार तो एक ओंकार तो बाद माने के नहीं समझे कहते करता हमें मनुख समझा मैं करता ना 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 तू करता नहीं प्यार ऐसे भरम च तू जिदा करदा मनमानिया करदा धोखे करने की कोशिश करदा मैं कुछ कर लवा मैं कुछ कर लवा ओदा बिगाड़ दवा ओदा निंदिया जुगली कर दवा तू करता नहीं है तू अपने सिर ते भार ढो रहा है एक बड़ा खतरनाक जिदी तू सजा मिलनी है बहुत तू करता नहीं है आसा दी वार दी चौवीं पौड़ी वड्डे किया कुदरत दा मालक कादर कहिंदे ने इस कुदरत दा मालक उहनूं कादर कहिआ सो करता कादर करीम ते जीआ रिज़क संभाहे साई कार कमामणी तुर छोड़ी आ ध्यान दियो साई कार कमावनी तुर छोड़ी तिने पाए ये लिखिया होया सब कुछ असी सिर्फ भाणा मनना सी बस ओदी खेल दे विच सानू ये जीवन मिलिया असी सिर्फ भाणा मनना सी ओदा पहला सिद्धांत गुरु नानक देव दा पहला सिद्धांत पहला फस्ट जपजी साहब च मारा कहते किव सचियारा होई है किव कूड़ा टुटे बाल हुक्म रजाई चलना आ पहला सिद्धांत है गुरु नानक महाराज दा पहला फस्ट कोई इत्थे कमाई की लोड़ नहीं कोई इत्थे कहते तू भाणा मन लै जो हो रहा उन्हूं मन लै तेरा खड़ा छुड़ जाएगा पर वो मनदा नहीं है ओ मनाउण वास्ते फिर इहनू दसणी पैंदी आ गल अगे खोल के अच्छे तरीके नाल वी ऐ नाम जप ऐ सेवन कर तैनूं लग जू पता वी हौली मैं कौण आ मैं करता कि मैं की आ इह कहिंदा मैं करता हाँ मैं आ कर लूंगा ना ना जोर ना सुरती ज्ञान विचार जोर ना जुगती छुटे संसार जिस हाथ जोर कर वेखे सोए नानक उत्तम नीच ना कोई ये गुरबाणी साडे पर्दे ला रही है हुण गुरबाणी दा आनंद लिया करो कन्ना राही रस अंतरमुख होके तेरा जोर नहीं है सब
परमेश्वर का जोर है ते जिस हथ जोर कर वेख्या सोए अपनी खेल कर रहे ने मालक जी जिस हथ जोर कर वेख्या सोए नानक उत्तम नीच ना कोए ना को मूर्ख ना को सियाणा वरतै सब कुछ तेरा भाणा मनरे जिन अपना भरम गवाता तिसके भाणे कोई ना भुला जिन सगलो ब्रह्म पछाता ये साड़ी मंजिल है सासन और महापुरशा ने सानू इस मंजिल दे नेड़े तेड़े पहुँचा दिता तीन तीन घंटे दे दवान विच सानू उच्चा उठा दिया करते सी आ जा उपर चढ़ जा उपर होर चढ़ जा उपर होर चढ़ जा गुरबाणी दे आसरे नाल ताही तां असी दिन मनाने हाँ खुशियां मनाने हाँ महापुरशां दी याद मनाने हाँ कि सानू कढ़ता महापुरशां ने सानू एक पौड़ी ला दिती साडे वास्ते गुरबाणी नाल साडा संबंध बना दिता महापुरशां सो साडी ये मंजिल है वड्डे कियां वड्याईयां किश कहना कहना जाए सो करता असी मन लैणा कि हाँ करता परमेश्वर है मैं नहीं हाँ मैं ना ही प्रभ सब कुछ तेरा जिन्ने ये मन लिया ओदी फिर दरगाह जय जयकार है उथे फिर रे रे दरगह कह ना को आओ बैठ आदर सुभ देओ ओआ महली पावे तू वासा जन्म मर ना होए बनासा ये बख्शां गुरु नानक दे घर दियां ने सो जिथे गुरु अमरदास महाराज कह रहे ने आगम अगोचरा तेरा अंत ना पाया उथे गुरु दशमेश पिता कह रहे ने जमान के विखै समस्त एक ज्योत है जमी जमान के विखै समस्त ज्योत साखी गुरु वाले बन के गुरु चरण च आके गुरु शरण च आके गुरमंत्र मूल मंत्र का अभ्यास करके रहता रख के करैता तो बच के फिर लाभ लोभ हंकार ताज तृष्णा बहुत ना ही बोलना वड्डियां बातें नहीं करनिया नीवा रहना है बख्शा प्राप्त करनिया ने जी जोत है आने दिवाली का त्योहार लंघ के गया है चानण का त्योहार है महाराज कहते चानना चांदना चांदन आंगन आंगन कहते ने वेड़े नू साड़ा हिरदा वेड़ा है ये चानन करना कदा करना चांदना चांदन आंगन प्रभ जियो अंतर चांदना नाम दा परमेश्वर नाम दा चानन करना जिन्हों मारे होर अगे कहिंदे ने
सतगुर शब्द उजारो दीपा दीपा दीवा दीवा जगाउना सतगुरु दे शब्द दा शब्द मिलदा पंज प्यारियां तों गुरमंत्र मिलदा गुरमूर्त गुर शब्द है गुरु दी मूर्त है गुर शब्द गुरु का शब्द जां ऐ वी कह लो सारे संतां दा स्वरूप सारे जिहड़े ब्रह्म ज्ञानी महापुरश ईश्वर कोटि दे उहनां दा स्वरूप गुरुआं दा स्वरूप बाणी दा स्वरूप इक्को ही होया करदा है वाहिगुरु सतगुर शब्द उजारो दीपा गुरु दे शब्द दा दीवा जगाउणा है चानण करना है गुरु दे शब्द दा अपने हिरदे दे विच क्यों करना है सतगुर शब्द उजारो दीपा बिनस्यो अंधकार तेह मंदर रतन कोठड़ी खुली अनूपा दीवा बाल के मिटा लै नेरा कोठड़ी चो लाल लब लै दीवा बाल के मिटा लै नेरा कोठड़ी चो लाल लब लै दीवा बाल के मिटा लै नेरा कोठड़ी चो लाल लब लै नेरा पे अंदर शब्द दा दीवा जलेगा फिर चानण हो जाएगा फिर उथे रतन कोठड़ी खुली अनूपा तैं अनेक रूप नाओ नव निद तिसदा अंत ना जाई पाया ओ मारा कहिंदे तेरे अंदर ही है प्यारिया सब कुछ अंदर वड़ जा हुण तू बाहर घूमना छड़ दे जोगी नूं कहिंदे आ जोगी आ तू हुण बाहर मंगना छड़ दे अंदर मंग लै अपने अंदर अंदर जाके मंग हुण बाहर रहण छड़ दे बाहर दा खेड़ा गली गली घूमना अंदर बथेरियां गलियां ने काया नगर नगर गढ़ अंदर सचा वासा पुरगग नंदर अस्तर थान सदा निरमाए पीतर कोट गुफा कर जाई नौकर थापे हुकमर जाई तसमे अर्पुरख अलेखर अपारी आपे आप उपाएंदा नहीं जान जाई कछु रूप रेखं कहां बासता को फिरे कौन पेखं कहा मैं बखानू कहे मो नयावे कहे मो नयावे कहे मो न आवे सिमी जमान के विख समस्त एक जोत है सिमी जमान के विख समस्त एक जोत है अच्छल छलाई नह छलै नह कौ कटारा कर सकै कदे ऐसी बाणी दी विचार करिया करो कल्ले बह के अजकल हरेक फोन दे विच गुरबाणी दी विचार अर्थ सब कुछ है गे आनंद लैणा दा अछल छलाई नह छलै नह कौ कटारा कर सकै किहदी की गल कीती है इह रुकावट जिहड़ी रुकावट है जो रुकावट बनी हुई है उहदी गल करदे रहे महाराज अछल छलाई नह छलै जो एदी होमे दी कंध माया दी कंध माई माया छल धोखा माई माया छल त्रिणकी अगन मेघ की छाया गोविंद भजन बिन हड़का जल तीन उदाहरण दित्तियां मार तेरी जोतां जग जावे तेरी शब्दां सुरतां जुड़ जावे तेरा मन तां कागर हो जावे पर जिहड़ा तू प्यार पा लिया इहनां नाल तिणकी अगन मेघ की छाया
गोविंद भजन बिन हड़का जल, कहिंदा बड़ा पानी आ मुकदा ही नहीं, तां हड़दा पानी देख के उहदा दो दिन बाद वापस लिया गया, उतर गया एवें तिणकी अगन, कहिंदा बड़ा बड़ी बड़ा कख पिया है, तां इहदी अग मुकनी नहीं, एक अग लाई बस उत्थी ऐ तूं फक जिहा हो गया। मेघ की छाया, कहिंदा बड़ी छां गूढ़ी आ, मंजी जा के बह जांदे आ, वह बदल लंघ गया के फिर धुप गर्मी। इनू माया क्या है, छल जी, ये माया है, अज्ञान है, इग्नोरेंस है, होम है, भरम है, मोह है, ये हम सारिया बातें समझाई हुई ने महाराज ने बड़े डिटेल में जाके। ये तो पार किवें लंघना है, सारिया जुगतियां, सारा सारी व्याख्या गुरबाणी सानू मारने सारी व्याख्या की। अछल छलाई नह छलै, नह कौ कटारा कर सकै, ज्यों साहेब राखै त्यों रहै, इस लोभी का जियो टल पलै, बिन तेल दीवा क्यों जलै, बिन तेल दीवा क्यों जलै। मारा कहिंदे फिर पोथी पुराण कमाई है, सच बुझण आन जलाई है, एह तेल दीवा इउं जलै, कर चानण साहिब तौ मिलै, इत तन लागै बाणिया। ए बाणी इहनू लग जावे, गुरु दी बाणी इहनू लग जावे, गुरबाणी दे तीरे इहनू लग जाण, इहदे हिरदे च वध जाण, महापुरशां दे प्यार भरे बचने दे हिरदे च वस जाण। इत तन लागै बाणिया, सुख होवै सेव कमाणिया, एह दुनिया आमन जाणिया। फस गया प्यारिया, इतना धोखा हो रहा है, छल हो रहा है, इहनू छलिया नहीं जा सकदा माया नू, इह तां कृपा करती महाराज ने, सच दी बाणी, गुरु दी बाणी, अमृत बाणी, नाम स्वरूप बाणी, गर्व गंजनी बाणी, दुख भंजनी बाणी, प्यार स्वरूप बाणी, मुक्ति दी दाती बाणी कीती जा सकती उस तत किते, सानू साडू दे दित्ती महाराज साडे वास्ते लैण दी, के ए गुरबाणी दा अमृत पीवो। इत तन लागै बाणिया, सुख होवै सेवक माणिया, ये दुनिया आ मन जानिया, विच दुनिया सेवक माईऐ, तां दरगह बैसण पाईऐ, कहो नानक बहां लुढाईऐ। बस यही है, इको है, नहीं तो बीबी जसप्रीत कौर ने शब्द पढ़िया सी कि असी इन्नियां जुनियां भड़कियां ने,
बहुत असी दुखी हो के इस मनुखा जन्म तक सानू असी हुण लिया गया महाराज कृपा ना लिया गया हुण इस मनुखा शरीर के राही दो काम आप करने ने चाहे गरीबी च कर लो दुखी होके कर लो शरीर ढिला है ता भी कर लो जिस तरह मर्जी है करने ने करने बस ये समा लंघ जाना है। एक तो सर्वशक्तिमान परमेश्वर नाम जपना है जिहड़ा चंगा लगता है सानू दस्या महापुरशां ने गुरबाण च सब लिखिया हो असी मोटीवेशन वास्ते असी इस स्थान ते आउंदे हां सानू उत्साह मिले असी दो दो ढाई ढाई घंटे चौंकड़ा मार के बैठ सकीए शब्द सुरत दी अभ्यास विच क्योंकि सच तो सच है शब्द सुरत बिन आई है जाई है। ये क्यों लिखा बचन महाराज ने शब्द सुरत बिन जिहड़ी आपां सेवा करदे हाँ गुरु घरां च आ के किन्नी सेवा संगतां करदियां ने इहदा मकसद क्योंकि जिहड़े भरम ने कट्टे जाने ने सेवा ने यह भरम कट्टना है मैल दूर करनी है इहदी ते जिहड़ी शब्द सुरत है वह साडी साधन पक्ष है शब्द सुरत बिन आई है जाई है सुरत शब्द नाल नहीं जुड़ती क्योंकि सुरत नूं फड़िया होया पंज जाणियां ने बहुत जबरदस्त ने यह फड़ के रखिया उन्होंने किवें चढ़ जाएगी किसी बंदे ने पहाड़ ते चढ़ना है ते ओदियां लत्तां नूं पंज बंदे पिछे नूं फड़ के खिचदे होण किवें चढ़ जाएगा वह पहाड़ ते। यह सुरत नूं ऐ फड़िया होया साडी सुरत नूं जिहड़ी साडी होमे वाली सुरत है ना जिहनूं जीव कह दिंदे ने बाकी दा सारा इंतजाम परमेश्वर दा बाकी सब कुछ परमेश्वर कर रहे ने इहनूं स्वास दे रहे ने इहदा शरीर चला रहे ने सब कुछ दा इंतजाम कीता होया इहनूं लंगर छकण नूं सब कुछ मिल रहा कपड़े पाउण नूं मकान सारा इंतजाम महाराज ने कीता होया बस इक्को ही काम इहने करना सी अपना इह भरम मिटाउणा सी कि मैं नहीं हाँ बस करता तूं है महाराज मैं नहीं हाँ इतों आ ही नहीं पता लग रहा भी मैं नहीं हाँ महाराज तुसी हो मैं ना ही प्रभ सब कुछ तेरा इगै निर्गुण उगै सरगुण केल कट विच स्वामी मेरा ते महाराज सानू इन्ने उदाहरणा दे के इनिया उदाहरणा दे के एक भलवान है मोटी बुद्धि वाला सारी उम्र अपने शरीर नूं लगा रहिंदा वी मैनूं तगड़ा करना कहिंदा मैनूं समझ नहीं आउंदी तुहाडी गल मैं तां शरीर दी बात समझदा ओह महाराज कहिंदे तैनूं समझा दिंदे आ असीं तेरे वास्ते वी बाणी रची रची है उत्थे महाराज कहिंदे हों गुसाई दा पहलवानड़ा दमलड़ा ले तेनू तेरी बोली समझा दें भलवाना वाली बोली बाणिए बाणी वाली बोली समझाया जब दुकान करता है बोली समझा दिता किसान किसान की बोली समझा दिता जिहड़ा राही सफर करता उन्होंने सफर की बोली समझा दिता इतों वड्डी कृपा की कर देण गुरु महाराज तेनू वह मोटी बुद्धि वाले वास्ते कहिंदे ਹਾਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦਮਾਲੜਾ ਸਭ ਹੋਈ ਛਿੰਜ ਇਕੱਠੀਆਂ ਦੇ ਬੈਠਾ ਵਿਖੇ ਪਾਸ ਵਾਤ ਵਚਨ ਢਮਕ ਭੇਰੀਆਂ ਢੋਲ ਵੱਜ ਰਹੇ ਨੇ ਨਗਾੜੇ ਵੱਜ ਰਹੇ ਨੇ ਭੇਰੀਆਂ ਵੱਜ ਰਹੀਆਂ ਨੇ ਮੇਲਾ ਲੱਗਿਆ ਛਿੰਜ ਲੱਗੀ ਹੋਈ ਹੈ ਵਾਤ ਵਚਨ ਢਮਕ ਭੇਰੀਆਂ सेवा करता ना लाहा लेंदा आनंद लेंदा ना वो पांच जड़े इहदी सुत नूं खड़ी बैठे ने वो भलवान नूं कहा तू कुश्तियां करदा है
एक कला कला लड़ता है तू पंज नूं जित लेगा, पंज नूं जित लेगा तू कला। आ तां सही गुरु कोले थापी तां लै गुरु दी निहत्ते पंज जवान मैं गुर थापी दित्ती कंड जीओ। मैं कहिंदे पंज जवान निहत्थे करते भजा दे क्यों थापी दित्ती गुरु महाराज ने। सो साध संग जेड़े ये पंज ने ना पंज इहनू टिकण नहीं दिंदे ना इहनू सौण देण ना जी सुखी लगण देण ना इहनू कीर्तन सुण देण ना इहनू सत्संग करन जाण देण इहनू खिच के रख देणे इत्थे ना जावे किते क्योंकि माया दे सूरमे ने माया दे सूरमे माया दे सूरमे ने ते माया कदों चाहुंदी है मेरे पति नूं कोई तंग करे आके। माया कदों चाहुंदी है मेरे पति नूं कोई तंग करे आके मैं नहीं लगन देना। ये माया दा पति परमेश्वर है ना अपनी माया आप रचाई। ये माया दा पति परमेश्वर है ते पत्नी कदों चाहुंदी है मेरे पति नूं कोई तंग करे आके मेरे ते दुध पचाल कोई आके बैठे। नहीं चाहुंदी पत्नी माया भी नहीं चाहती कोई आके मेरे पति मिले। मैं सेवा करी हम बस अपने पति की होर कोई ना के कर सके पर जेडे प्यार वाले होंगे ने ना प्यार वाले वो तो बैठी रेंदे ने आके असि जी मिलके ही जाना है मिलके ही जाना है। वो माया प्रीख्या लेंदी है भी शायद इन्हू कोई पैसे पूसे चाहिए हो इन्हू कोई होर चाहिए होता चाहिए होगा लै जाते कई पिछे मुड़ जाते रिदिया सदिया वाले पढ़े प्यार वाले ने जिन्हों समझाता गुरु ने भी डडया रही लग्या रही कबीर केसो केसो कुकिया ना सोई है आसार ਸੁਰਤ ਨੂੰ ਨਿਰਮਲ ਕਰਕੇ ਨਾਮ ਜਪ ਕੇ ਸੇਵਾ ਸਿਮਨ ਕਰਕੇ ਹੁਣ ਸ਼ਬਦ ਵਿੱਚ ਖਤਮ ਕਰ ਦਈਏ ਉਹ ਲੱਗੇ ਰਹਿੰਦੇ ਨੇ। ਇਸ ਵਾਸਤੇ ਸਾਧਸੰਗ ਜੀ ਸਾਡੀ ਜੋ ਮੰਜ਼ਿਲ ਹੈ ਸਾਰਿਆਂ ਦੀ ਉਹ ਇੱਕੋ ਹੀ ਹੈ ਇੱਕ ਪਰਮੇਸ਼ਰ ਇੱਕ ਜੋਤ ਵਾਹਿਗੁਰੂ ਜੀ ਜਿਵੇਂ ਜ਼ਮਾਨ ਕੇ ਹੈ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਬੋਧ ਹੈ ਨਾ ਹਾਂ ਹੈ ਨਾ ਬਾਣ ਹੈ ਸਮਾਨ ਰੂਪ ਜਾਣੀ ਹੈ ਮੱਕੀ ਉਹ ਮੱਕਾ ਅਪਰਮਾਨ ਤੇ ਜਮਾਨੀ ਹੈ। ਇਹ ਬਚਨ ਨੇ ਗੁਰੂ ਸ਼੍ਰੀ ਪਿਤਾ ਜੀ ਦੇ ਆਓ ਸ਼ਬਦ ਦੀ ਸਮਾਪਤੀ ਕਰੀਏ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। Mm-hmm.
श्री वाहे गुरु साहिब जी। तन तन साहिब श्री गुरु ग्रंथ साहिब जीओ महाराज। जेता समुंद सागर नीर भरिया तेते औगुण हमारे। दया करो किश मेर पाओ डुबदे पत्थर तारे। मैनू अपना बना लै सच्चे पातशाह। मैनू अपना बना लै सच्चे पातशाह। फिर दे नू जुग बीत गए अपना बना लै सच्चे पातशाह। फिर दे नू जुग बीत गए मैनू अपना बना लै सच्चे पातशाह। सच्चे पातशाह। फिर दे नू जुग बीत गए अपना बना लै सच्चे पातशाह। फिर दे नू जुग बीत गए सतगुर आयो शरण तुहारी। सतगुर आयो शरण मिले सुख नाम हर सुख। चिंता लाहे हमारी अवर न सूझे दूजी ठहार। हार पर्यो तब लेखा शुद्ध अलेख शुद्ध हम निर्गुण लेहु अबारी। सदबक शिंद सदा मेरवाना शबना दे अदा। नानक दास संत पाछ गुरु प्यारे सत संगत जीओ। आओ समाई पाई खंडा ब्रह्मणा दे मालक साहिब श्री गुरु ग्रंथ साहिब महाराज जी नूं शीश झुकाइए। हाथ जोड़ के फतेह दा सिमरन करिए जी। वाहिगुरु जी का खालसा वाहिगुरु जी की फतेह।
सतगुरु महाराज जी की अपार कृपा बख्शिश हुई है। कलयुग के भयानक समय के अंदर सत संगत शिव सलाह दियां सुभागड़ियां प्राप्त हुई ने। 12 बजे तो लैके हुण तक आप जिया ने रब्बी बाणी दे कथा कीर्तन पहला आस्ट्रेलिया तो आए बीबी जसप्रीत कौर भाई भुपिंदर सिंह उन्हां पासों कीर्तन सरवण किया। उपरंत भाई हरपाल सिंह जी स्नेही उन्हां दे भैन जी जो संगरूर दे नेड़े स्थान ते सेवा करदे ते कराउंदे हन उन्हां पासों कीर्तन सरवण किया। हुणे हुणे भाई हरपाल सिंह जी स्नेही आप जिया नूं गुरबाणी दे रस भिन्ने कीर्तन सरवण कराए हन। जो बाकी समा है उस नूं वी सफल करो। मन चित बिरतियां कागर करके गुर शब्द नाल जुड़न दी खेचल करो। साहिब श्री गुरु नानक देव महाराज जी दे प्रकाश दिहाड़े संसार भर विच गुरु नानक नाम लेवा संगतां ने प्यार श्रद्धा नाल मनाए अते अजे भी संगतां जगह जगह मना रही हैं। गुरु नानक साहिब सच्चे पातशाह आम नारायण कला धार जग में परवरयो इस संसार दे जीवां दी धरती दी धर्म दे तौल दी पुकार सुन के निर्गुण तो सरगुण सरूप विच प्रगट होए अपना नाम गुरु नानक साहिब रखाया है। संसार ते चक्कर लाया है। चार पैर धर्म दे जिहड़े कमजोर हो चुके सन राजे तीर्थ ब्राह्मण ते साधु जगह जगह जाके मेरे सच्चे पातशाह जी ने राजा नूं उपदेश दिता। बाबर वर्गियां नूं जाबर किया। कारों वर्गे बादशाह नूं उपदेश दिता। होर अनेक राजां ते भी कृपा कीती ते उपदेश दिता। तीर्थां ते जाके पखंड भरम दूर कीते। विद्वानां नूं सही मार्ग दस्या। साधुआं दे अंदर जिहड़ियां कमजोरियां आ चुकियां सन कबीर सिख साखा बहुते की ए केसो की अनामीर चाले थे हर मिलन को बी झट के उचीत मेरे साहब ने उन्हां ते कृपा कीती। जिहड़े घर छड के राज भाग छड के किते पहाड़ां दी कंधां विच जा बैठे सी मेरे साहब ने उन्हां नूं वी समझाया कि तुसीं संसार नूं दुखां दा घर ना समझो। ये जग सच्चे की है कोठड़ी सच्चे का विचवास। इहो विच संसार तों देखदे इहो हर का रूप है रूप नजरी आया। जिस परमेश्वर वाहिगुरू तुसीं बाहर जंगलां पहाड़ां विच पालन जा रहे हो वो ते हर थां है जर्रे जर्रे विच है अंदर बाहर है। फरीदा खाल खलक मैं खलक व सरब माहे मंदा किशन आखिया जा तिस बिन कोई ना है। मेरे गुरु बाबा जी ने रहन दी जुगती दसी जैसे जल में कवन रालों मुरगाई ने साने सुरत शब्द पव सागर तरिया नानक नाम वखाणा। योगना भगवी कपड़ी योगना मैले वेश नानक घर बैठिया जोग पाई है सतगुर कै उपदेश श्री रूपी घर है एदे अंदर सुरत नूं शब्द विच लीन करो। तुहानूं बाहर भटकण की कोई लोड़ नहीं। घर बार छड के दर दर दे मंगते ना बनो। गुरु महाराज ने ऐसी बख्शिश की अपने गुरसिखां ते गुरसिखां नूं कर्म योगी बनाया है कि गुरसिख किरत करदे नाम जपदे बन छकदे सहज नाल ही अपने जीवन नूं सफल कर सकते हैं। सो जिहड़े ऐसे सतगुरु के बचना की कमाई करते हैं कई बार असी ऐसा ख्याल करने हाँ कि कलयुग बड़ा माड़ा है सानू किस युग में जन्म मिले है। पर प्यारे माड़ा उन्हां वास्ते है जिन्होंने माड़े कर्म करने हैं।
कलयुग नूं उत्तम युग भी गुरबाणी विच आख्या। सत युग की 10,000 साल की तपस्या, त्रेता की 1,000 साल, द्वापर की 100 साल, कलयुग दे विच एक घड़ी सत्संग की जिहड़ी है उहदा फल ज़्यादा मेरे गुरु महाराज ने बख्शिया। एक माड़ा कर्म करदा सी सतयुग विच सारयां नूं फल मिलदा सी, त्रेता विच नगरी पीड़ी जांदी सी, द्वापर विच उस कुल ते असर पैंदा सी। जिवें भगवान श्री कृष्ण जी दे लड़के सामने दरबासा रिखी नाल मशकरी कीती, शराप होया, सारी कुल खत्म होई। पर कलयुग दे अंदर ऐकर करे सो ऐकर पाए, कोई ना पकड़िया किसै था, जिहड़ा करेगा वो भरेगा। जिहा बीजै सोलना कर्मा संदड़ा खेत। पहले समय विच गुरु पीर पैगंबर अवतार ऋषि मुनि महात्मा आए ने, पर कलयुग दे अंदर आप नारायण कला ता जग में प्रवरे। सब ते वड्डा सतगुरु नानक जिन कल राखी मेरी। दुनिया अंदर कोई एक कला लैके, कोई 2 कला, कोई 14 कला, कोई 16 कला लैके आया, गुरु नानक साहब सच्चे पातशाह सर्व कला समर्थ सतगुरु ने साथ संगत जी। इस करके वड्डे भागां वाले हैं जिन्हां नूं मनुख जन्म मिलिया, ते जिहड़े सेवा सिमरन करके सहज नाल ही, जिहड़े 1,000 साल तपस्या करके जिन्हां नूं प्राप्ती नहीं हुई, गुरु नानक साहिब दे घर सहज नाल ही वड्डियां बख्शां हो जांदियां ने। सतसंग जी, दास कई बार बेनती करदा है, वड्डे वड्डे योगी सिद्धनाथ उन्हां दी वड्डी प्राप्ति रिद्धियां ते सिद्धियां हन, सैकड़े साल तप साधन करके वह प्राप्त करते हैं। गुरु नानक साहब जी के घर में नाभ निधि 18 सिद्धि पिछे लगियां, फिर जो हर हिरदे सदा वसाए। इस करके वड्डे भाग हैं जेडे सतगुरु नानक साहब की शरण में, गुरु ग्रंथ साहब की शरण में जुड़े हैं। सात संगत जी, सानू भरोसा चाहिए, असी सुनने पढ़ने सब ते वड्डा सतगुरु नानक, पर सतसंग जी अपने अंदर भी ये भरोसा लियाइए। आओ सारे ने गज वज के शब्द च बोलना। तेरे जिहा ना जगत विच कोई, सारा जग ढूंढ देखिया तेरे जिहा ना जगत विच कोई, सारा जग ढूंढ देखिया कर्म न जाना सब ते वड्डा आम की सदर कत मिटत आम लिखाए, पिता को प्यार ना परोसी पे पाई है, सागर की नित कत पाई है, पोखर सह दिन कर सर दीप जोत ना पुजाई है, इंद्र बरखा समान पुजस ना कूप जल, चंदन सुबास ना पलाश मै काई है, श्री गुरु दयाल की दया न आन दे मैं, जो खंड ब्रह्मांड उद अस्त्र उताई है, जेड़ी बख्शिश सतगुरु तो हुंदी है सारे खंडा ब्रह्मंडा ते चले जाओ, जिथे जिथे भी सूरज है, केते इंद चंद सूर केते केते मंडल देश। भाई साहब कहिंदे किन्ने खंड ब्रह्मंड ने, किथे किन्ने क चंद ने गिनत ने, किन्ने क सूरज ने, किन्नियां क धरतियां ने, सब थां चले जाओ,
पर जेड़ी बख्शिश समर्थ गुरु तो होनी है ये बख्शिश होर कितों नहीं होंगी। श्री गुरु दयाल की दया न आम दिन जो खन ब्रह्मांड उसका अस्तल होता ही है। ऐसे सतगुरु इतों जो मंगीए मिलता है हर बख्शिश इतों। सतगुर जेवड़ दाता को नहीं सब सुनियो लोक सबाया, जो मांगे ठाकुर अपने ते। पर पहले अपना तो बना लीए, उन्होंने बन जाइए उन्होंने अपना बना लीए। ये जो शब्द है जो मांगे ठाकुर अपने ते शुरू होंदा है चतर दिशा कीनो बल अपना, सिर उपर कर धारियो कृपा कटाख अवलोकन कीनो दास का दुख बधा दुख बधारियो, हर जा राखे गुरु गोविंद कंठ लाए अवगुण सब मेटे दयाल पुरख बख्शन। जो मांगे ठाकुर अपने ते सोई सोई देवे, नानक दास मुख ते जो बोले इहां उहां सच होवे। हर जन राखे ते जेड़े उहदे जन बन जांदे आ, जेड़े भाई बने ही नहीं वो किवें पाउणगे, वो बख्शी प्राप्त किवें करनगे। जेड़े उहदे बन जांदे आ ना ते उहदे जेड़े बन जांदे आ उत्थे मैं मेरी नहीं तू ही तू है। तन मन तन सब सौंप गुर को हुक्म मन्या पाई है। वो जो मंगन चार किस्म दे भगत होंदे है। पहले वो ने जेड़े संसार दे सुख मंगदे है, दुध पुत तन पदार्थ राज भाग मिल जांदा है। दूसरे परलोक दे सुख मंगदे है मिल जांदे है। तीसरे उहदा मिलाप मंगदे है मिल जांदे है। चौथे मिले हुए ने उन्होंने एक अरदास होंदी है, राज ना चाहूं मुक्त ना चाहूं मन प्रीत चरण कमलारे। पहले दुनियावी दाता मंगदे है मिलदियां हन सत्संग जी। असीं गुर इतिहास पढ़ने हाँ, गुरु नानक साहब सच्चे पातशाह करतारपुर साहब की धरती नूं भाग ला रहे ने, ते बाबा लहणा जी पहली वार जद गए ने ना भाई जोध तो ये खनूर नगर खनूर साहब भाई जोध नाल मिलाप होया सी, ते उन्होंने गुरु नानक साहब के घर की वडियाई की, ते बाबा लहणा जी करतारपुर साहब गए। जद उत्थे रात नू धर्मशाला विच ठहरे ने, एक बीबी झाड़ू मार रही है अमृत वेले। पुछया बीबी तू कौन है कित्थों आई है? कहंदी बाबा लहणा मैं देवी हाँ। देवी दुनिया तेरे कोल जांदी है ते तू इत्थे झाड़ू मारनी है? ते उन्हें कहा बाबा लहणा दात्यां दा दाता गुरु नानक साहब है, मैं इथों दाता लैके जानी हाँ तो संसार नूं वंडनी हाँ। सतगुर जेवड़ दाता को नहीं सब सुनियो लोक सवाया। सारियां दातां दा मालक आप गुरु परमेश्वर है, सबना जिया का एक दाता सो मैं विसर ना जाई। दाते ओ बहुत ने गिनती विच बड़े दात्यां दे नां आउंदे आ। खिमा करिया जे कई लोग ओ जिहड़े पखारी है उन्हां नूं वी दाते मन्नी बैठे है, ध्यान देना। पखारी दा मतलब की है? जिहड़े मंग मंग के खांदे है उन्हां कोलों दाता मंगणे चाहुंदे आ। प्यारिओ देवी देवते तां दाता कहिंदे वी असीं गुरु नानक साहिब दे दर तों लै के जांदे, ते जिहड़े मंग मंग के गुजारा करदे आ ना ते तुसीं हैरान हो जाओगे कि उन्हां तों वी चाहुंदे साडियां आसां पूरियां होणगियां। दात्यां दे दाते सतगुरु हन सतसंग जी। सतगुरु जेवड़ दाता को नहीं सब सुनियो लोक सबाया। इत्थों जो किसे ने मंगिया
वो इत्थे बख्शिश प्राप्त होई। सतगुर नानक वर्गा दाता ना जगते कोई, धन गुरु नानक वर्गा दाता ना जगते कोई, जगते कोई, सतगुरु नानक वर्गा दाता ना जगते कोई, गुरु ग्रंथ साहिब महाराज जी दे अंदर नदर दे बचन आउंदे आ, नानक नदरी नदर निहाल, नदर करे जे आपणे तां नदरी सतगुरु पाया। उत्थे ए वी बचन आउंदे ने, लख खुशियां पातशाहियां जे सतगुर नदर करे। मनुख कहिंदा मेरी मेहनत है, मेरा दिमाग है, मेरे साहब कहिंदे ऐसी भुल ना कर, ओदी नज़र है, ओदी कृपा है। जे ओदी नज़र पुठी हो जावे, नज़र पुठी जे करे सुल्ताना कहा कराइंदा, दर मंगन भिख ना पाए। सुल्तान बादशाह नूं वी कखां तों हौलियां कर दिंदा, भिखारी बना दिंदा प्यारे। हरन भरन जाका नेत्र फोर, तिसका मंत्र ना जाना होर। लख खुशियां पातशाहियां जे सतगुरु नदर करे। गुरु नानक साहब सच्चे पातशाह जा रहे है। अगे एक छोटी उम्र का बच्चा छोलियां दे खेत का राखा है, ते गुरु साहब बैठे, इस बच्चे ने नमस्कार कीती है, ते मेरे साहब कहिंदे तैनू करतार चेता आवे। जदों असीं पुरातन जन साखी पढ़ने आ ना, ते गुरु नानक साहब सच्चे पातशाह कोल जेड़ा आउंदा ते ये वड्डी बख्शिश मेरे साहब करदे आ, तैनू करतार चेता आवे। आपां खुश होंदे आ जे सानू कहे भी तुहानू दुध मिले, पुत्र मिले, राज मिले, भाग मिले, आ सुख मिले, असीं बड़े खुश हाँ। पर साहब दे एक बचन विच सारे सुख सारियां बख्शां आ जांदियां, तैनू करतार चेता आवे। करतार चेता आ गया ते सारे सुख ने, करतार विसर गया ते सारे दुख ने। हर विसरत सदा खुआरी, ता को धोखा कहां व्यापै, जा को ओड़ तुहारी, बिन सिमरन जो जीवन बलना, सर्व जैसे अरजारी, नव खंड को राज कमावै, अंचल है गो हारी। ऊंचे मंदिर सुंदर नारी, राम नाम बिन बाजी हारी, बड़े बड़े हार के चले गए संसार तो सत्संग जी, ते मेरे साहब की बख्शिश तैनू करतार चेता आवे। जदों करतार चेता आ गया ना, ते अंदर जेड़ा जलदा है ये शांत हो जाएगा, ठंडा हो जाएगा, क्योंकि उत्थे नाम दा निवास हो जाएगा। चंदन चांदना सुरद सरद रुत, मूल ना मिटे काम। मेरे साहब कहिंदे ने आ जिहड़ियां ठंडियां करन वालियां चीजां ने ना, ये शरीर नूं तां ठंड पहुंचा सकदियां ने पर मन नूं शांत नहीं कर सकदियां। चंदन दे नाल नाग लिपटे हुंदे ने,
ਉਹਨਾਂ ਨੂੰ ਕੁਛ ਰਾਹਤ ਮਿਲਦੀ ਹੈ, ਜ਼ਹਿਰ ਹੁੰਦਾ ਨਾ ਸਿਰ ਵਿੱਚ। ਨਾਗਾਂ ਨੂੰ ਤਾਂ ਕੁਛ ਸੁੱਖ ਚੰਦਨ ਦੇ ਸਕਦਾ, ਪਰ ਜਿਹੜਾ ਮਨ ਰੂਪੀ ਨਾਗ ਹੈ ਚੰਦਨ ਦੀ ਠੰਡ ਉੱਥੇ ਨਹੀਂ ਪਹੁੰਚ ਸਕਦੀ। ਚੰਦ ਦੀ ਠੰਡ ਬਾਹਰ ਠੰਡ ਹੋ ਸਕਦੀ ਹੈ, ਮਨ ਤੱਕ ਨਹੀਂ ਪਹੁੰਚ ਸਕਦੀ। ਸਰਦ ਰੁੱਤ ਸਰਦੀ ਦੀ ਰੁੱਤ ਸਰੀਰ ਨੂੰ ਠੰਡਿਆ ਕਰ ਸਕਦੀ ਹੈ, ਮਨ ਨੂੰ ਠੰਡਿਆ ਨਹੀਂ ਕਰ ਸਕਦੀ। ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟੀ ਕਾਮ, ਸ਼ੀਤਲ ਥੀ ਵੈ ਨਾਨਕਾ ਜਪੰਦਰੋ ਹਰ ਨਾ। ਅਤੇ ਜਦੋਂ ਨਾਮ ਚੇਤਾ ਆ ਗਿਆ ਨਾ, ਕਰਤਾਰ ਚੇਤਾ ਆ ਗਿਆ ਅਤੇ ਹਿਰਦੇ 'ਚ ਨਾਮ ਵੱਸ ਗਿਆ ਅਤੇ ਇਹ ਮਨ ਸ਼ਾਂਤ ਹੋ ਜਾਏਗਾ। ਮੇਰੇ ਸਾਹਿਬ ਨੇ ਇੱਕ ਜਗ੍ਹਾ ਐਸਾ ਵੀ ਜ਼ਿਕਰ ਕੀਤਾ ਹੈ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ, ਗ੍ਰਹਿ ਸੋਇਨ ਚੰਦਨ ਸੁਗੰਧ, ਲਾਇ ਮੋਤੀ ਹੀਰੇ ਮਨ ਕਿਸ਼ੇ ਸੁਖ ਮਾਣ ਲਾ। ਮਨ ਇਸ਼ੇ ਸੁਖ ਮਾਣਦਾ ਕਿਸੇ ਨਾ ਹੈ ਵਸੂਰੇ, ਸੋ ਪ੍ਰਭ ਚੇਤਨ ਆਵਈ, ਸੋ ਪ੍ਰਭ ਚੇਤਨ ਆਵਈ, ਵਿਸ਼ਟਾ ਕੇ ਕੀੜੇ ਬਿਨ ਹਰ ਨਾਮ ਨਿਸ਼ਾਂਤ ਹੋਏ। ਹਰ ਨਾਮ ਨਿਸ਼ਾਂਤ ਹੋਏ, ਬਿਨ ਮਨ ਧੀਰੇ ਆਵੀ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ ਮਨ ਇਸ਼ੇ ਸੁਖ ਮਾਣਦਾ, ਕਿਛ ਨਾਹੇ ਵਸੂਰੇ, ਸੋ ਪ੍ਰਭ ਚੇਤਨ ਆਵੇ, ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਨਾਮ ਤੋਂ ਬਗੈਰ ਮਨ ਸ਼ਾਂਤ ਨਹੀਂ। ਤਿੰਨ ਲੋਕ 14 ਭਵਨ ਦੇ ਅੰਦਰ ਸਭ ਤੋਂ ਵੱਡਾ ਸੁੱਖ ਹੈ ਮਨ ਦੀ ਸ਼ਾਂਤੀ, ਅਤੇ ਮਨ ਸ਼ਾਂਤ ਹੁੰਦਾ ਜਦੋਂ ਹਿਰਦੇ ਵਿੱਚ ਉਸਦੀ ਯਾਦ ਵੱਸ ਜਾਵੇ, ਨਾਮ ਵੱਸ ਜਾਵੇ। ਅਤੇ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਕਿੱਡੀ ਵੱਡੀ ਕਿਰਪਾ ਕਰਦੇ ਨੇ, ਤੈਨੂੰ ਕਰਤਾਰ ਚੇਤਾ ਆਵੇ। ਕਰਤਾਰ ਨੂੰ ਵਾਹਿਗੁਰੂ ਨੂੰ ਭੁੱਲ ਕੇ ਹੀ ਅਸੀਂ ਜੂਨਾਂ ਵਿੱਚ ਭਟਕ ਰਹੇ ਹਾਂ ਪਿਆਰਿਓ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਂਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਾਹਾ ਨਹੀਂ। ਉਸ ਮਾਲਕ ਨੂੰ ਭੁੱਲ ਕੇ ਹੀ ਹੈ। ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ, ਵਿਸਰ ਗਿਆ। ਅਤੇ ਜਦੋਂ ਕਰਤਾਰ ਵਿਸਰ ਗਿਆ, ਫਿਰ ਸੋ ਕਿੱਥੇ ਹੈ? ਯੁੱਗਾਂ ਦੇ ਯੁੱਗ ਇਹ ਦੁੱਖ ਭੋਗਦਾ ਹੈ, ਅਤੇ ਮੇਰੇ ਗੁਰੂ ਨਾਨਕ ਸਾਹਿਬ ਸਾਡੇ 'ਤੇ ਤਰਸ ਕਰਦੇ ਹੈ, ਸਾਡੇ 'ਤੇ ਦਇਆ ਕਰਦੇ ਹੈ, ਕਿਉਂਕਿ ਸਾਧ ਸੰਗਤ ਬੱਚਾ ਮਾੜਾ ਵੀ ਹੋਵੇ ਨਾ, ਤੇ ਮਾਂ ਪਿਓ ਵਾਸਤੇ ਨਹੀਂ ਮਾੜਾ ਹੁੰਦਾ। ਮਾਂ ਪਿਓ ਤੇ ਹਮੇਸ਼ਾ ਉਹਦੇ ਵਾਸਤੇ ਉਹਨੂੰ ਗੱਲ ਨਹੀਂ ਲਾਉਂਦਾ। ਕਿਸ ਦੇ 4 ਪੁੱਤਰ ਹੋਣ, 3 ਬੜੇ ਨੇਕ ਹੋਣ, 4th ਨਲਾਇਕ ਹੋਵੇ, ਸਭ ਕੁਛ ਉਜਾੜ ਦਿੱਤਾ ਹੋਵੇ, ਬਹੁਤ ਦੁਖੀ ਹੋਵੇ, ਉਸ ਦੇ ਮਾਂ ਪਿਓ ਨੂੰ ਪੁੱਛੋ, ਉਸ ਨਾਲ ਬਜ਼ੁਰਗਾਂ ਨੂੰ, ਉਹ ਕਹਿਣਗੇ ਤਿੰਨਾਂ ਵੱਲੋਂ ਤਾਂ ਬੜਾ ਸੁੱਖ ਹੈ, ਸਾਡਾ ਹਰ ਵੇਲੇ ਧਿਆਨ ਉਹਦੇ ਵੱਲ ਹੈ। ਦੇਖੋ, ਮਾਂ ਪਿਓ ਤਾਂ ਨਹੀਂ ਛੱਡਦਾ,
साडा साधा माता पिता गुरु परमेश्वर वाहिगुरु है। तू मेरा पिता, तू है मेरा माता, तू मेरा बंधु, तू मेरा प्राता, तू मेरा राखा, सबनी थाई तां बो के हकाड़ा जियो। असी सारी ओदे धीआं पुत्तरां, एक पिता एक सके हम बारक, तू मेरा ग्रहाई। ते साहब साढ़े कृपा करते हैं, तैनू करतार चेता आवे। मेरे गुरु नानक साहब ने वचन किया, तैनू करतार चेता आवे। इन्ने छोलियां दियां होलां भुन के रखियां सी ते अगे भेटा कर दित्तियां। ते साहब हस के कहिंदे, भाई मरदानिया फुरना कीता सी ना, आ देख लै, ना बूटे पुटने पे, ना आग बालनी पई, ना होलां भुननियां पईआं, भुजियां भुजियां ही तैयार होके आ गई। लै छक लै, मेरे साहब ने प्रसाद वंडिया, होलां दा प्रसाद देखो। भाव नहीं भगत पाए, कौडी अगर भाग राखे, ताहे गुर सरब निदान दान देता है। ये ऐसा दर है भाई, इतने अत तो अद भी गरीब होवे ना कोई, कौडी दा वैदा सा मेरे साहब उत्ते भी कृपा कर देंदे है जे अत गरीब है, क्योंकि उहदे कोल है ही ये है। एक बार बिरला सेठ नानक सारे महापुरशां को आ गया, बड़ा सेठ श्रीमान संत बाबा नंद सिंह जी को, ते उन्हें ना बेर टोकरी च लियांदे ते बेर रख के पता की कहिंदा, आ जी भीलने दे बेर समझो, आ भीलने दे बेर समझो। श्री रामचंद्र जी ने छके सी ना भीलने दे बेर, महापुरश कहन लगे, ना तू भीलनी ते ना मैं रामचंद्र। देखो वजन, मैं श्री रामचंद्र नहीं ते तू भीलनी, तू ते बड़ा सेठ है। वह भीलनी को ते है ही बेर सी, वह भी झाड़ियां दे बेर सन, कोई बाग नहीं सी लाए उन्हें, ते तू कित्थों बन गया भीलनी। तू भीलनी नहीं ते असी श्री रामचंद्र ने सेठ हो के दे कहिया। पर जे अत दा गरीब है भाई, असी इतिहास सुनने छेवें सतगुरु सच्चे पातशाह दा, एक गुरसिख घा खोदन वाला सी ते उहदा टगा ते घा भी मेरे सच्चे पातशाह ने प्रवान कर लिया सी, घोड़िया वास्ते घा ते सच्चे पातशाह नूं भेटा टगा। ते नानक नदरी नदर निहाल, देखो ते जे होवे बहुत कुछ ते फिर आखे मैं टगा लैके जावां, नहीं। एक बार कोई रब दा प्यारा गया किसे घर, ते अत दी गरीबी सी, की खवावां। इधर गुरदासपुर के इलाके ते साडे कहिंदे टिंजन, ते यूपी च ढांचा कहिंदे आम ही, उह कई जगह ते खाद बनाउण वास्ते नहीं, ते कई कमाद के दुआले गन्ने दुआले भी ला देंगे, उन्होंने फलियां लगदियाँ, टिंजन ज ढांचा ज होर इलाके कोई होर पाई हो सकती है, कोई गल अड अड बोलियां ने। आ मैं फरीदकोट गया तो उत्थे सिंह बैठे से, भाई मक्खण सिंह होरी, ते उन्हां दी किते रिश्तेदारी किसे इलाके दे विच, ते उह कहिंदे उन्हां दे घर जदों परौणा आया ना, ते वह नलके ते नहाउण लगा, ते वह कहिंदे जी उहनू परौणे नूं भी समोसा लियाईए, वह कहिंदे नहीं मैं नहा के ना फिर चाह ना छकांगे। वह समोसा दे तौलीए परने नूं जिहड़ा लक परना बनना हुंदा, उहनां भी नहाउणा इहनां तों परना चाहीदा होणा, आपां टावल कह दिंदे आ, तौलीआ जे परना कह दिंदे आ, उहनां दा मतलब ते इह सी ਵੀ ਤੁਸੀਂ ਨਹਾਉਣਾ ਹੈ ਅਤੇ ਤੁਹਾਨੂੰ ਪਰਨਾ ਤੌਲੀਆ ਚਾਹੀਦਾ, ਉਹਦੇ ਭਾਣੇ ਖਾਣ ਵਾਲਾ ਸਮੋਸਾ ਹੈ। ਆਂਦਾ ਨਹੀਂ ਨਹਾ ਕੇ ਨਾ ਫਿਰ ਚਾਹ ਨਾ ਖਾਵਾਂਗੇ, ਕਹਿੰਦੇ ਅੱਡ ਅੱਡ ਬੋਲੀ ਇਲਾਕੇ ਦੀ ਪਾਈ। ਉਸ ਬੀਬੀ ਨੇ ਢਿੰਜਣ ਉਬਾਲ ਕੇ ਵਿੱਚ ਨਿਮਕ ਪਾ ਕੇ ਅਤੇ ਸੰਤ ਨੂੰ ਛਕਾ ਦਿੱਤਾ, ਉਹਨਾਂ ਅਰਦਾਸ ਕੀਤੀ ਪਾਈ, ਚਲੇ ਗਏ ਅਤੇ ਲਹਿਰਾਂ ਬਹਿਰਾਂ ਹੋ ਗਈਆਂ, ਬਹੁਤ ਕੁਛ ਆ ਗਿਆ।
ਗੁਆਂਢਣ ਬੀਬੀ ਨੇੜੇ ਦੀ ਪੁੱਛਦੀ ਹੈ ਵੀ ਤੁਸੀਂ ਤੇ ਅੱਤ ਦੇ ਗਰੀਬ ਭੁੱਖੇ ਮਰਦੇ ਸੀ, ਆਹ ਕਿਵੇਂ? ਕਹਿੰਦੀ ਮੈਂ ਸੰਤ ਦੀ ਸੇਵਾ ਕੀਤੀ ਹੈ ਤੇ ਅਰਦਾਸ ਕੀਤੀ, ਉਹਨਾਂ ਨੇ ਤੇ ਬਰਕਤਾਂ ਪੈ ਗਈਆਂ। ਕਹਿੰਦੀ ਕਿ ਕਿਤੇ ਸਾਡੇ ਆਵੇ, ਮੈਂ ਵੀ ਕਰਾਂ। ਉਹ ਕੁਦਰਤੀ ਮਹਾਤਮਾ ਆ ਗਏ ਤੇ ਉਹਨੇ ਚੰਗਾ ਚੋਖਾ ਜੋ ਘਰ ਵਿੱਚ ਸੀ ਬਣਾ ਕੇ ਛਕਾਇਆ ਤੇ ਕਹਿੰਦੇ ਫਿਰ ਕਿਵੇਂ ਅਰਦਾਸ ਹੋਈ? ਕਹਿੰਦੇ ਅਰਦਾਸ ਤੇ ਹੋਈ ਹੈ ਪਰ ਕੋਈ ਖਾਸ ਨਹੀਂ ਬਣਿਆ ਕੁਛ। ਕਹਿੰਦੀ ਕੀ ਖਵਾਇਆ ਸੀ? ਕਹਿੰਦੀ ਮੈਂ ਆਹ ਖਵਾਇਆ ਆਹ ਖਵਾਇਆ। ਕਹਿੰਦੀ ਲੈ, ਉਹ ਤੇ ਝੁੰਝਣ ਤੇ ਲੱਗੇ ਹੋਏ ਆ। ਉਹ ਦੁਬਾਰਾ ਮਹਾਤਮਾ ਉਸ ਪਹਿਲੀ ਬੀਬੀ ਦੇ ਘਰ ਆ ਗਏ ਤੇ ਪਦਾਰਥ ਬੜੇ ਸੀ ਤੇ ਚੌਕਾ ਜਾ ਕੇ ਢਿੰਜਣ ਲੈ ਆਈ ਤੇ ਉਬਾਲ ਕੇ ਤੇ ਰੱਖ ਦਿੱਤਾ। ਮਹਾਤਮਾ ਛੱਕ ਕੇ ਕਹਿੰਦੇ ਢਿੰਜਣ ਹੀ ਰਵੇ ਭਾਈ, ਇੱਥੇ ਹੁਣ ਸਭ ਚਲਾ ਗਿਆ। ਫਿਰ ਮਿਹਨਤੀ ਤੋਂ ਭਾਵ ਜਥਾ ਸ਼ਬਦ ਜੋ ਵਾਹਿਗੁਰੂ ਦਿੱਤਾ ਹੈ ਉਹਦੇ ਅਨੁਸਾਰ ਸੇਵਾ ਕਰਨੀ। ਇੱਕ ਮਹਾਂਪੁਰਸ਼ਾਂ ਦਾ ਬਚਨ ਹੈ, ਕਦੀ ਤਮੋਗੁਣ ਵੀ ਦਾਨ ਨਾ ਕਰੋ, ਧਿਆਨ ਦੇਣਾ। ਤਮੋਗੁਣੀ ਦਾਨ ਕੀ ਹੁੰਦਾ? ਇੱਕ ਸਤੋਗੁਣੀ ਹੁੰਦਾ, ਇੱਕ ਰਜੋਗੁਣੀ ਹੁੰਦਾ। ਰਜੋਗੁਣੀ ਹੁੰਦਾ ਮੇਰੀ ਵਡਿਆਈ ਹੋਏਗੀ, ਮੈਂ ਬੜਾ ਵੱਡਾ। ਤਮੋਗੁਣੀ ਹੈ ਮਨ 'ਚ ਹੰਕਾਰ ਹੁੰਦਾ ਕਿ ਮੈਂ ਵੱਡਾ ਹਾਂ, ਕਿ ਆਖਣਗੇ ਪਰ ਬਲੇ ਬਲੇ ਨਾ ਨਾ, ਉਹਦਾ ਕੋਈ ਫਾਇਦਾ ਨਹੀਂ ਹੈ। ਸਤੋਗੁਣੀ ਇਹ ਹੈ ਸਭ ਕੁਛ ਮਾਲਕ ਦਾ ਹੀ, ਮੈਂ ਤਾਂ ਵਾਹਿਗੁਰੂ ਤੇਰੇ ਦਿੱਤੇ ਚੋਂ ਭੇਟਾ ਕਰ ਰਿਹਾ। ਇਹ ਵੀ ਬੇਨਤੀ ਕਰਾਂ, ਅਸੀਂ ਦਾਨ ਪੁੰਨ ਹੋਰ ਜਗ੍ਹਾ ਕਰ ਸਕਦੇ ਹਾਂ, ਜੋ ਗੁਰੂ ਘਰ ਵਿੱਚ ਦਿੰਦੇ ਹਾਂ ਉਹਨੂੰ ਕਦੀ ਦਾਨ ਨਾ ਸਮਝੋ, ਭੇਟਾ ਹੁੰਦੀ ਸਿੱਖ ਦੀ। ਜੇ ਗੁਰਸਿੱਖ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਦਾਨ ਕੀਤਾ, ਦਾਤਾ ਤੇ ਸਿੱਖ ਬਣ ਗਿਆ, ਫਿਰ ਗੁਰੂ ਕੀ ਹੋਇਆ? ਫਿਰ ਅਸੀਂ ਦਾਤੇ ਨੇ, ਅਸੀਂ ਤੇ ਸੇਵਕ ਹਨ, ਮਾਣੇ ਦਾਤਾ ਤੇ ਸਤਿਗੁਰ ਹੈ। ਇੱਥੇ ਆਪਾਂ ਭੇਟਾ ਕਰਨਾ, ਜੋ ਕਰਨਾ ਗੁਰੂ ਸਾਹਿਬ ਨੂੰ ਭੇਟਾ, ਚਾਹੇ ਕੌਡੀ ਹੈ, ਚਾਹੇ ਟਗਾ ਹੈ, ਤੇ ਚਾਹੇ ਹੋਲਾ ਹਨ ਸਾਧ ਸਿੰਘ ਜੀ, ਉਹਦੀਆਂ ਹੋਲਾਂ ਪ੍ਰਵਾਨ ਹੋ ਗਈਆਂ। ਇਹ ਬੱਚਾ ਉੱਠ ਕੇ ਤੁਰਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਲਾਲ ਬੇਟਾ ਕਿੱਥੇ ਚੱਲਿਆ? ਸੱਚੇ ਪਾਤਸ਼ਾਹ ਆਪ ਘਾਹ ਤੇ ਬੈਠੇ ਹੋ, ਮੈਂ ਘਰ ਵਿੱਚ ਜਾਣਾ, ਕੋਈ ਭੋਜਨ ਲਿਆਵਾਂਗਾ, ਕੋਈ ਵਿਛਾਉਣਾ ਤੁਹਾਡੇ ਵਾਸਤੇ ਲਿਆਵਾਂਗਾ। ਪੁਰਾਤਨ ਜਨਮ ਸਾਖੀ ਵਿੱਚ ਬਚਨ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨਹੀਂ, ਪੁਰਾਤਨ ਜਨਮ ਸਾਖੀ ਵਿੱਚ ਬਚਨ ਆਉਂਦਾ, ਸੱਥਰ ਤੇਰਾ ਲੇਫ ਨਿਹਾਲੀ ਭਾਓ ਤੇਰਾ ਪਕਵਾਨ, ਨਾਨਕ ਸਿਫਤੇ ਤ੍ਰਿਪਤਿਆ ਆਓ ਬੈਠ ਸੁਲਤਾਨ। ਸੁਲਤਾਨ ਕਹਿ ਦਿੱਤਾ ਮੇਰੇ ਗੁਰੂ ਨਾਨਕ ਸਾਹਿਬ ਨੇ। ਬਚਨ ਸਾਹਿਬ ਦੇ ਸੁਣੇ, ਹਨੇਰਾ ਕਾਫੀ ਪੈ ਗਿਆ, ਆਗਿਆ ਲਈ ਚਲਾ ਗਿਆ, ਸ਼ਹਿਰ ਦੇ ਚਾਰੇ ਦਰਵਾਜ਼ੇ ਬੰਦ ਨੇ, ਬਾਹਲੇ ਦਰਵਾਜ਼ੇ ਵੱਡੇ ਦਰਵਾਜ਼ੇ ਦੇ ਬਾਹਰ ਬੈਠ ਗਿਆ। ਰਾਤ ਨੂੰ ਇਸ ਸ਼ਹਿਰ ਦਾ ਰਾਜਾ ਖਤਮ ਹੋ ਗਿਆ, ਉਹਦਾ ਰਾਜਕੁਮਾਰ ਕੋਈ ਨਹੀਂ ਸੀ, ਅਤੇ ਵਜ਼ੀਰਾਂ ਨੇ ਕਿਹਾ ਜੇ ਇੱਕ ਵਜ਼ੀਰ ਨੇ ਰਾਜ ਸੰਭਾਲ ਲਿਆ ਤਾਂ ਲੜ ਲੜ ਕੇ ਮਰਨਗੇ, ਉਸ ਵਾਹਿਗੁਰੂ 'ਤੇ ਡੋਰ ਸੁੱਟੋ, ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਜਿਹੜਾ ਸਿੰਘ ਦੁਆਰ ਆਏਗਾ ਉਹਨੂੰ ਅਸੀਂ ਰਾਜਾ ਮੰਨ ਲਾਂਗੇ। ਜਦੋਂ ਤੜਕੇ ਅੰਮ੍ਰਿਤ ਵੇਲੇ ਦਰਵਾਜ਼ਾ ਖੋਲ੍ਹਿਆ ਨਾ, ਇਹ ਬੱਚਾ ਉੱਠਿਆ। ਹੁਣ ਧਿਆਨ ਦੇਣਾ, ਇੱਕ ਪੈਰ ਪਿੱਛੇ ਹੈ ਦਰਵਾਜ਼ੇ ਤੋਂ ਅਤੇ ਅੱਤ ਦਾ ਗਰੀਬ ਹੈ, ਪੈਰ ਚੱਕਿਆ ਰੱਖ ਦਿੱਤਾ, ਸੁਲਤਾਨ ਹੋ ਗਿਆ, ਰਾਜਾ ਹੋ ਗਿਆ। ਖਿਨਮੇ ਨੀਚ ਕੀਟ ਕਹੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਇਹ ਉਹਦੇ ਹੱਥ ਹੈ। ਰਾਜ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਮਾਲਵੇ ਦੇ ਇਲਾਕੇ ਵਿੱਚ ਕਿਰਪਾ ਕਰ ਰਹੇ ਨੇ, ਦਰਬਾਰ ਲੱਗਾ ਤੇ ਦੋ ਬੱਚੇ ਸੰਦਲੀ ਤੇ ਫੂਲ ਪੇਟ ਤੇ ਹੱਥ ਮਾਰ ਰਹੇ ਨੇ ਤੇ ਸਾਹਿਬ ਕਹਿੰਦੇ ਕਾਲੇ ਚੌਧਰੀ ਨੂੰ, ਚੌਧਰੀ ਇਹ ਬੱਚੇ ਕੀ ਕਰਦੇ ਨੇ? ਸੱਚੇ ਪਾਤਸ਼ਾਹ ਮੇਰੇ ਭਤੀਜੇ ਨੇ, ਤਨ ਤੋਂ ਨੰਗੇ ਤੇ ਪੇਟ ਤੋਂ ਭੁੱਖੇ ਨੇ। ਇੰਨੇ ਦਿਆਲ ਹੋ ਗਏ ਗੁਰੂ ਹਰਿਰਾਏ ਸਾਹਿਬ ਮਹਾਰਾਜ, ਕਹਿੰਦੇ ਚੌਧਰੀ ਇਹ ਬੱਚੇ ਜਿਹੜੇ ਤਨ ਤੋਂ ਨੰਗੇ ਪੇਟ ਤੋਂ ਭੁੱਖੇ ਨੇ, ਗੁਰੂ ਨਾਨਕ ਸਾਹਿਬ ਦੇ ਦਰ 'ਤੇ ਆਏ ਨੇ,
इन्हां दे घोड़े जमुना का पानी पीणगे, उत्थों तक राज एक बचन कर दिता, राज बख्श दिता प्यार। सतगुर जीवन दाता को नहीं सब सुने लोग सुभाया, उहदे हथ है साध संग जी, उहदी नज़र है, उहदी कृपा है। शीहां बाजां चरगां कुहियां इन्हां खवाले कहा, जेडे मास खाण वाले हैं ना, शीहां बाजां चरगां कुहियां, ये सारे मास खांदे, इन्हां खवाले कहा, का खां तिना मास खवाले यह चलाए रहा। मास खाण वाले नूं का खवा सकदा ते का खाण वाले नूं मास खवा सकदा। नदियां विच टिब्बे तखाले थली करे असगाहा, नदियां विच टिब्बे ते टिब्बियां वाले थां नदियां। आ साडा भारत देश किसे समय समुंदर सी ते हिमालिया पर्वत दा किनारा सी, अज देश है। इस तरह होर देशां दा इतिहास जद पढ़ने आ, बहुत सारे देश धरतियां समुंदर च चली गईयां ते बहुत सारियां नवियां बन गईयां, देश नवें बन गए। ये सब उहदे हत्थ है। जल ते थल कर थल ते कुआ, कूब ते मेर करार, धरती ते आकाश रावे चढ़े आकाश गरावे, उहदे हत्थ है पाई। शीहां बाजां चरगां कुहियां इन्हां खवाले कहा, कहा खां तिना मास खवाले इह चलाए राहा। नदियां विच टिब्बे तखाले थली करें असगाहा, कीड़ा थाप दें पाशाही लश्कर करें स्वाहा। कीड़ा एक ते कीटराज की साखी आती है, ते बाकी कीड़ा जिहड़ा संसार के पैरां थले कीड़िया मकौड़िया वांगू, इन्नी अत की गरीबी ये हालत, कीड़िया मकौड़िया कई मलदे समझते भी आ नीच है, आ है गरीब है, आ है। ते जे मालक चाहे कीड़ा थाप दे पातशाही लश्कर करें स्वाहा। सतगुरु सच्चे पातशाह दा आ वचन है, कीड़ा थाप दे पर शाही लश्कर करें स्वाहा, कीड़ा थाप दे पर शाही लश्कर करें स्वाहा। लश्कर करें स्वाहा, लश्कर करें स्वाहा, लश्कर करें स्वाहा, लश्कर करें स्वाहा। कीड़ा थाप दे पर शाही लश्कर करे स्वाहा। साह सब जी साह लेंदे ने ना, ते मेरे साहब कहंदे जेते जी जीवे लै साह, जी वाले तां के असाह। ऐड़ा लगा जे चाहे ते बिना साह तो भी जीवन दे सकदा है, प्रभ भाव है बिन सांस ते रख है। गुरु परमेश्वर तन बचन किया, आओ बैठ सुल्तान
एक अत का गरीब मजदूर परिवार का बच्चा सुल्तान बादशाह होया प्यार राज भाग बच दिता। पहले भगत दरियावी राज भाग सुख मंगते हर चीज मिलती है। जे कुठार रियास का राजा रणजीत इन्ना बीमार सी कि डॉक्टर वैद्य कीमा ने जवाब दिता तू थोड़े दिन का प्रौना है बस। राज भाग देख के रोंदा है मेरा पुत्र कोई नहीं हुंदा सांभ लेंदा बाद शरीक बनणगे अपने हक जमाउणगे। गुरसिखा तो गुरु घर की शिव सुनी तो राजा रणजीत देव अपनी राणी होर फौजी अहलकार नाल लैके कीरतपुर साहब आया। बाद तंबू लाए अमृत वेले राणी गुरु चरणा विच आई जदों समा मिलिया बेनती कीती सच्चे पातशाह ओ मेरा पति बीमार है झोले की बीमारी नाल। डॉक्टर वैद्यां जवाब दे दिता है मेरी गोद खाली है कोई धी पुत्र नहीं असी आप जी दे दर की शोभा सुन के आए हैं इतों हर बख्शिश हुंदी है साडे ते कृपा करो। गुराय साहब महाराज कहन लगे गुरसिखा नूं बचन किया कि यह जिहड़ा राजा है इन्हें दवाखाने विचों दवाई दियो। वड्डा दवाखाना सी जिथों वड्डे वड्डे मरीजों की दवाइया मिलदियां सन ते नाल इन्हूं गुरबाणी सरवण कराओ। राणी नूं मेरे सच्चे पातशाह कहिंदे बीबी संगतां दे झूठे बर्तन मांझ नाल सतनाम वाहिगुरु दा जाप कर इह ना समझ असीं राजे हां। दवाखाने विचों दवाई दित्ती गई नाले गुरसिख नूं रोज गुरबाणी सुणाउंदे आ ते इधर राणी संगतां दे झूठे बर्तन मांजदी है। इतिहास विच लिखिआ दसवें दिन राजे ने आप उठ के इशनान कर लिया देखो रोग दूर हो गए। समर्थ सतगुरु सच्चे वैद ने जिहड़े तन दे रोग भी ते मन दे रोग भी भाई दूर करते हैं। वड्डे वड्डे कोढ़ी जदों असीं इतिहास पढ़ने हाँ गुरु नानक साहब तो लैके अज तक केवल दसम पातशाह तक ही नहीं उही गुरु नानक साहब गुरु ग्रंथ साहब के स्वरूप हैं। अज तक गुरु नानक साहब के दर ते कोड़े भी राजी होए तन करके जिहड़े कोढ़ी से। सब तो वड्डा कोढ़ है होमै मन का कोढ़। इहदा इलाज भी दुनिया के वैद डाक्टरां कोल है नहीं प्यारे। अजे जिहड़े शरीर के रोग ने ना ये तो शरीर के खत्म होने नाल नाल ही राख बन जाने अगे नहीं जाने पर जिहड़ा मन का कोढ़ है ये अगे जाता है। हों मैं इह जात है हों मैं कर्म कमाए हों मैं इह बंधना फिर जो नहीं पाए। बार बार जन्म बार बार मरना है इहदा इलाज है सतगुरु कोल। हर नामो मंत्र दणाइन दा कट्टे हों मैं रो वाहिगुरु गुर मंत्र है जप हों मैं खोई। सतगुर सच्चे वैद हन। जदों गुरु नानक साहब किसी नगर ते शहर दे बाहर जाके बैठे करते सन ना तो भाई मरदाना जी बड़ी मिठी आवाज नाल शहर नगर चक्कर लाउंदे ते आवाज देंदे सी आ गया जी बाबा वैद रोगियां दा आ गया जी बाबा वैद रोगियां दा आ गया जी बाबा वैद रोगियां दा आ गया जी
ਰੋਗੀਆਂ ਦਾ ਆ ਗਿਆ ਜੀ, ਬਾਬਾ ਵੈਦ ਰੋਗੀਆਂ ਦਾ ਵਾਹਿਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ। ਇਹ ਸੰਸਾਰ ਹਉਮੈ ਦੇ ਰੋਗ ਨਾਲ ਗ੍ਰਸਿਆ ਹੈ, ਸਤਿਗੁਰ ਸੱਚੇ ਪਾਤਸ਼ਾਹ ਕੋਲ ਨਾਮ ਦੀ ਔਖਦ ਹੈ, ਸਰਬ ਰੋਗ ਕਾ ਔਖਦ ਨਾਮ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੀ। ਰਾਜੇ ਦਾ ਰੋਗ ਹਟ ਗਿਆ, ਆਪ ਇਸ਼ਨਾਨ ਕਰਕੇ ਗੁਰੂ ਦਰਬਾਰ 'ਚ ਆਇਆ ਅਤੇ ਮੇਰੇ ਗੁਰੂ ਹਰਾਇ ਸਾਹਿਬ ਕਹਿੰਦੇ, ਤੁਸੀਂ ਦੋ ਬੇਨਤੀਆਂ ਕੀਤੀਆਂ ਸੀ, ਰੋਗ ਹਟ ਗਿਆ, ਜਾਓ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਤੁਹਾਡੇ ਘਰ ਇੱਕ ਸੁੰਦਰ ਬਾਲਕ ਜਨਮ ਲਏਗਾ। ਖੁਸ਼ੀਆਂ ਨਾਲ ਘਰ ਗਏ। ਡੇਢ ਦੋ ਸਾਲ ਦੇ ਅੰਦਰ ਇੱਕ ਰਾਜਕੁਮਾਰ ਨੇ ਜਨਮ ਲਿਆ ਅਤੇ ਬਹੁਤ ਸਾਰੀਆਂ ਭੇਟਾਂ ਲੈ ਕੇ ਸਤਿਗੁਰੂ ਦੇ ਦਰ 'ਤੇ ਆਏ। ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੇ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਬਾਹਰ ਭਟਕਣ ਦੀ ਲੋੜ ਨਹੀਂ, ਦਾਤਿਆਂ ਦੇ ਦਾਤੇ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। 94-95 ਦਾ ਬਚਨ ਹੈ, ਵਿਸ਼ਨੂੰ ਗਾਰਡਨ ਉੱਥੇ ਦਾਸ ਦੇ ਦੁਆਨ ਲੱਗਦੇ ਸੀ ਅਤੇ 35 ਕਲੋਨੀਆਂ ਨੇੜੇ, ਬਾਕੀ ਦਿੱਲੀ ਤੋਂ ਸੰਗਤਾਂ ਦੀ ਬਹੁਤ ਭਾਰੀ ਇਕੱਠ ਹੁੰਦਾ। ਇੱਕ ਪਰਿਵਾਰ ਕੁਛ ਮਹੀਨਿਆਂ ਦਾ ਬੱਚਾ ਹੈ ਅਤੇ ਉਹ ਪਰਿਵਾਰ ਆਇਆ, ਜਿਸ ਵੇਲੇ ਦੀਵਾਨ ਦੇ ਭੋਗ ਪਏ ਅਤੇ ਮੈਨੂੰ ਮਿਲਿਆ। ਕਹਿੰਦੇ ਕਿ ਆ ਡੇਢ ਸਾਲ ਪਹਿਲਾਂ ਇੱਥੇ ਪਾਰਕ ਵਿੱਚ ਦੀਵਾਨ ਲੱਗੇ ਸਨ ਅਤੇ ਸਾਡੀਆਂ ਪੋਤਰੀਆਂ ਸਾਡੇ ਨਾਲ ਸਨ, ਸਾਡਾ ਪੋਤਰਾ ਨਹੀਂ ਸੀ ਕੋਈ, ਦੇਖੋ, ਅਤੇ ਅਸੀਂ ਪਿੱਛੇ ਬੈਠੇ ਹਾਂ ਅਤੇ ਮੇਰੇ ਨਾਲ ਚਿਮਟੇ ਵਾਲੇ ਸਿੰਘ ਨਾ ਛੋਟੀ ਉਮਰ ਦੇ ਸਨ, ਦਾੜੀਆਂ ਨਹੀਂ ਸੀ ਆਈਆਂ, 13-14 ਸਾਲ ਦੇ ਉਸ ਵੇਲੇ। ਪੋਤਰੀਆਂ ਕਹਿੰਦੀਆਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਸ ਤਰ੍ਹਾਂ ਦਾ ਸੋਹਣਾ ਜਿਹਾ ਵੀਰ ਦੇ ਦਿਉ। ਆਹ ਦੇਖੋ, ਬੱਚੀਆਂ ਅਰਦਾਸ ਕਰ ਰਹੀਆਂ, ਅਸੀਂ ਕਈ ਵਾਰ ਸਮਝਦੇ ਕਿਹਦੇ ਕੋਲ ਅਰਦਾਸ ਕਰਾਈਏ, ਉਹ ਆਪ ਅਰਦਾਸ ਕਰੋ, ਭਾਵਨਾ ਨੂੰ ਫਲ ਲੱਗਦਾ ਜੇ ਪਿਆਰੇ ਹੋ, ਭਾਵਨਾ ਨੂੰ ਫਲ ਲੱਗਦਾ। ਕਾਫੀ ਸਾਲਾਂ ਦਾ ਬਚਨ ਹੈ, ਇੱਕ ਸਿੰਘ ਨਾ ਅਰਦਾਸ ਉਹਨੇ ਕੀਤੀ ਅਤੇ ਬਾਅਦ 'ਚ ਮੈਨੂੰ ਕਹਿੰਦਾ, ਜੀ ਮੇਰੀ ਅਰਦਾਸ ਚੰਗੀ ਸੀ। ਲੈ ਅੱਖਰ ਕਈਆਂ ਕੋਲ ਹੁੰਦੇ ਆ ਵੀ ਵਾਹਵਾ ਮਿਹਨਤ ਕੀਤੀ। ਮੈਂ ਕਿਹਾ, ਭਾਈ ਅਰਦਾਸ ਗੁਰੂ ਸਾਹਿਬ ਕੇ ਅੱਗੇ ਕੀਤੀ ਹੈ, ਗੁਰੂ ਸਾਹਿਬ ਨੂੰ ਬੇਨਤੀ ਕਰਕੇ ਪੁੱਛ ਭਾਈ, ਵੀ ਲੋਕ ਆਖਣਗੇ ਬੜੇ ਸੋਹਣੇ ਅੱਖਰ ਬੋਲੇ ਹੈ, ਇਹ ਤਾਂ ਅਸੀਂ ਅਰਦਾਸ ਕਰਨ ਦੀ ਜਾਚ ਸਿੱਖਦੇ ਹਾਂ, ਸਾਰੀ ਉਮਰ 'ਚ ਅਰਦਾਸ ਕਰਦਿਆਂ ਕਰਦਿਆਂ ਸਾਨੂੰ ਅਰਦਾਸ ਕਰਨ ਕਿਤੇ ਜਾਚ ਆ ਜਾਵੇ, ਮਨ 'ਚ ਇਕਾਗਰ ਹੋ ਜਾਵੇ। ਬਸ ਅਸੀਂ ਸੰਗਤ ਨੂੰ ਸੁਣਾ ਰਹੇ ਹਾਂ ਕਿ ਗੁਰੂ ਸਾਹਿਬ ਨੂੰ ਭਾਈ ਅਰਦਾਸ ਕਰ ਰਹੇ ਹਾਂ ਗੁਰੂ ਸਾਹਿਬ ਅੱਗੇ, ਸਾਡੀ ਭਾਵਨਾ ਨੂੰ ਫਲ ਲੱਗਣਾ, ਭਾਵਨਾ ਨੂੰ ਫਲ ਲੱਗਣਾ ਸਾਡੇ। ਉਹ ਕਿਸੇ ਬੱਚੇ ਨੇ ਸੁਣਿਆ ਵੀ ਗੋਡ ਅੱਗੇ ਅਰਦਾਸ ਕਰਨੀ ਹੈ ਤਾਂ ਉਹਨੂੰ ਅਰਦਾਸ ਨਹੀਂ ਸੀ ਆਉਂਦੀ, ਅਤੇ ਉਹ ਕਹਿੰਦੇ ਵੀ ਚਲੋ ਕਰਨੇ ਆ। ਉਹਨੇ ਕਿਹਾ ਵੀ ਆਖਾਂ ਕੀ, ਮੈਨੂੰ ਪਤਾ ਨਹੀਂ ਆਖਣਾ ਕੀ। ਉਹਨੂੰ ਏ ਬੀ ਸੀ ਯਾਦ ਸੀ, ਬਾਹਰਲਾ ਬੱਚਾ, ਉਹ ਨਾ ਏ ਬੀ ਸੀ ਡੀ ਪੜ੍ਹਨ ਲੱਗ ਪਿਆ। ਕਹਿੰਦੇ ਇਹ ਕੀ ਕਹਿੰਦੇ, ਕਹਿੰਦੇ ਰੱਬ ਨੂੰ ਜਿਹੜੇ ਅੱਖਰ ਦੀ ਲੋੜ ਹੋਵੇ ਆਪੇ ਵਿੱਚੋਂ ਲੈ ਲਿਆ, ਮੈਂ ਏ ਬੀ ਸੀ ਆਉਂਦੀ ਮੈਨੂੰ ਪੜ੍ਹੀ ਜਾਂਦਾ। ਮੈਂ ਜਿਵੇਂ ਕੋਈ ਕਹੇ ਊੜਾ ਆੜਾ ਈੜੀ ਸੱਸਾ ਹਾ ਹਾ, ਵੀ ਮੈਨੂੰ ਤਾਂ ਇਹੀ ਆਉਂਦਾ, ਅਤੇ ਉਹ ਗੌਡ ਆਪੇ ਜਿਹੜੇ ਅੱਖਰ ਨੂੰ ਚੰਗੇ ਲੱਗਣਗੇ ਵਿੱਚੋਂ ਲੈ ਲਏਗਾ। ਉਹ ਗੱਲ ਤਾਂ ਭਾਵਨਾ ਦੀ ਹੈ ਭਾਈ, ਅਰਦਾਸ। ਕਹਿੰਦੇ ਸਾਡੀਆਂ ਪੋਤਰੀਆਂ ਨੇ ਕਿਹਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸੋਹਣਾ ਜਿਹਾ ਵੀਰ ਦਿਓ, ਅਤੇ ਇਹ ਗੁਰੂ ਨੇ ਕਿਰਪਾ ਕੀਤੀ ਹੈ ਅਤੇ ਸਾਨੂੰ ਪੋਤਰਾ ਮਿਲਿਆ। ਦੇਖੋ ਗੱਲ ਭਾਵਨਾ ਦੀ ਹੈ ਭਾਈ,
ਜੋ ਮੰਗੇ ਠਾਕਰ ਆਪਣੇ ਦੇ ਸੋਈ ਸੋਈ ਦੇਵੇ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਇੱਥੋਂ ਹਰ ਦਾਤ ਮਿਲਦੀ ਹੈ। ਪਹਿਲੇ ਉਹ ਹਨ ਜਿਹੜੇ ਦੁਨਿਆਵੀ ਦਾਤਾਂ ਦੁਨਿਆਵੀ ਸੁੱਖ ਸਾਧ ਸੰਗਤ ਜੀ ਮੰਗਦੇ ਹੈ, ਮਿਲ ਜਾਂਦਾ ਹੈ ਲੋਕ ਦੇ ਸੁੱਖ, ਦੂਸਰੇ ਪਰਲੋਕ ਦੇ, ਤੀਸਰੇ ਮਲਾਪ ਚ ਉੱਥੇ ਮਿਲੇ ਹੋਏ। ਅਗਲੇ ਦੀਵਾਨ 'ਤੇ ਇੱਥੋਂ ਬੇਨਤੀ ਸਾਧ ਸੰਗਤ ਜੀ ਫਿਰ ਸ਼ੁਰੂ ਕੀਤੀ ਜਾਏਗੀ, ਆਪਣੀ ਆ ਵਿਚਾਰ ਸ਼ੁਰੂ ਹੋਈ ਹੈ। ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗਤੇ ਕੋ, ਧੰਨ ਗੁਰੂ ਨਾਨਕ ਵਰਗਾ ਦਾਤਾ ਨਾ ਜਗਤੇ ਕੋਈ। ਦਾਤਾ ਨਾ ਜਗਤੇ ਕੋਈ, ਦਾਤਾ ਨਾ ਜਗਤੇ ਕੋਈ, ਦਾਤਾ ਨਾ ਜਗਤੇ, ਦਾਤਾ ਨਾ ਜਗਤੇ ਕੋਈ, ਦਾਤਾ ਨਾ ਜਗਤੇ ਕੋਈ। ਵਰਗਾ ਦਾਤਾ ਨਾ ਜਗਤੇ ਕੋਈ, ਧੰਨ ਗੁਰੂ ਨਾਨਕ ਵਰਗਾ ਦਾਤਾ ਨਾ ਜਗਤੇ ਕੋਈ, ਸਤਿਸੰਗ ਜੀ ਸਮਾਂ ਹੋ ਗਿਆ। ਕੋਟਨ ਕੋਟ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਹੈ। ਦਾਸ ਗੁਰੂ ਗੁਰਬਾਣੀ ਪੜ੍ਹਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਇੱਕ ਨੀ ਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਖਿਮਾ ਕਰਨਾ। ਜੋ ਪ੍ਰੋਗਰਾਮ ਹਨ ਉਹ ਕੱਲ੍ਹ ਤੋਂ ਪਲੀਏ ਤੋਂ ਅੱਗੇ ਲਖੀਨਪੁਰ ਜ਼ਿਲ੍ਹਾ, ਇੱਥੋਂ ਕਰੀਬ 750 ਕਿਲੋਮੀਟਰ ਪੈਂਦਾ। ਅੱਜ ਅਸੀਂ 4 ਵਜੇ ਇੱਥੋਂ ਬਹੁਤ ਜਲਦੀ ਜਾਣਾ, ਬੜਾ ਸਫ਼ਰ ਲੰਮਾ ਹੈ। ਅੰਮ੍ਰਿਤ ਵੇਲੇ ਕਿਤੇ ਥੋੜ੍ਹਾ ਚਿਰ ਰੁਕਾਂਗੇ, ਕਿਤੇ ਜਿੱਥੇ ਪੂਰਨਪੁਰ ਤੋਂ ਅੱਗੇ ਫਿਰ ਅੱਗੇ ਜਾਣਾ। 14, 15, 16, 17 ਸਾਰੇ ਇਲਾਕੇ ਵੱਲੋਂ, ਪਹਿਲਾਂ ਇੱਕ ਦੁਆਨ ਅਲੱਗ ਹੈ, ਫਿਰ 3 ਦਿਨ ਦਾ ਸਮਾਗਮ ਸਾਰੇ ਇਲਾਕੇ ਵੱਲੋਂ ਸਲਾਹਣਾ ਹੁੰਦਾ, ਅਤੇ 18 ਨੂੰ ਫਿਰ ਵਾਪਸੀ ਹੈ। 19 ਤਰੀਕ ਨੂੰ ਭਾਈ ਤਰਨਜੀਤ ਸਿੰਘ ਜੀ, ਜੋ ਬਾਬਾ ਸੇਵਾ ਸਿੰਘ ਜੀ ਦੇ ਸਪੁੱਤਰ ਹਨ, ਤਰਨਜੀਤ ਸਿੰਘ ਜੀ ਦੇ 2 ਸਪੁੱਤਰਾਂ ਦੀਆਂ ਸ਼ਾਦੀਆਂ ਹਨ, ਆਨੰਦ ਕਾਰਜ ਹਨ, ਅਤੇ ਉਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪਣੇ ਗ੍ਰਹਿ ਵਿਖੇ ਦਰਗਾਹੀ ਬਾਣੀ ਦੇ ਜੋ ਪ੍ਰਵਾਹ ਚੱਲ ਰਹੇ ਹਨ, ਘਰ 10 ਵਜੇ ਸੰਪੂਰਤਾ ਹੋਣੀ ਹੈ, ਅਤੇ 10:30 ਤੋਂ 12:15 ਵਜੇ ਤੱਕ 5 ਫੇਸ ਮੋਹਾਲੀ ਗੁਰਦੁਆਰਾ ਸਾਹਿਬ ਕੀਰਤਨ ਹੈ, ਦੀਵਾਨ ਹੈ, ਦਾਸ ਕੀਰਤਨ ਦੀ ਸੇਵਾ ਕਰੇਗਾ। ਉਹਨਾਂ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ, ਭਾਈ ਤਰਨਜੀਤ ਸਿੰਘ ਜੀ ਆਮ ਹੀ ਸਾਰੀ ਸੰਗਤਾਂ ਜਾਣਦੀਆਂ, ਬਹੁਤ ਸੇਵਾ ਕਰਦੇ, ਵੀ ਸਾਰੀ ਸੰਗਤ ਉੱਥੇ ਦਰਸ਼ਨ ਦੇਵੇ। 5 ਫੇਸ ਗੁਰਦੁਆਰਾ ਸਾਹਿਬ ਮੋਹਾਲੀ ਵਿਖੇ 10:30 ਤੋਂ ਲੈ ਕੇ 12:15 ਵਜੇ ਤੱਕ ਕੀਰਤਨ ਹੋਣਗੇ। ਇਹ 19 ਤਰੀਕ ਨੂੰ ਹੈ। ਉਸ ਦਿਨ ਹੀ ਅਸੀਂ, ਉਸ ਤੋਂ ਬਾਅਦ ਫਿਰ ਗੁੱਜਰਵਾਲ ਦੇ ਅਗਲੇ ਸਮਾਗਮ ਹੈ, ਉੱਥੇ ਪਾਈ ਜਾਣਾ। ਇਸ ਤਰ੍ਹਾਂ ਇਹ ਪ੍ਰੋਗਰਾਮ ਹੈ। ਆਪ ਜੀ ਨੇ ਪਹੁੰਚਣ ਦੀ ਖੇਚਲ ਕਰਨੀ ਹੈ,
20 तरीक नूं ऐतवार है, उस तों अगले दीवान फिर 20 तरीक नूं सत्संग बेनती कीती जाएगी। आओ सारे माई भाई आनंद साहिब च बोलन दी खेचल करो, ओही अपना दी खिमा करनी, प्यार नाल फतेह बुलाओ। वाहिगुरू जी का खालसा। राम कली महला तीजा। आनंद एक ओंकार सतगुर प्रसाद, आनंद पाया मेरी माए सतगुरु मैं पाया, सतगुर का पाया तैं ते जी मन मटिया बधाइयां, शब्द गावण आइया शब्दों तो गावो हरी तेरा मन जनी वसाया, कह नानक मन मेरे सदा रहो हर नाले, सदा सिफत सलाहा तेरी नाम मन वसावे, साधना मदार मेरा जिन भुखा सब गवाइया कर, कह नानक सुनो संतो शब्द करो प्यारो, साचा ना मेरा आधारो वाजे, तू कर्म पाया तू जिनको से नाम हर के लागे, पार ब्रह्म ब्रह्म पाया उतरे सर्व सूरे, सुनते प्रीत कहते पवित्र सतगुर है भरपूरे, जिस रात भई दाया खेले सगल जगत, जिन्नी नाम ते आया गए मुशकत काल, धन है धन है धन है गुरु नानक साहिब जी धन है, धन है धन है धन है गुरु अंगद साहिब जी धन है, गुरु हर गोबिंद साहिब धन है, धन है,
ਜੀ ਧੰਨ ਹੈ ਸ਼੍ਰੀ ਹਰ ਕ੍ਰਿਸ਼ਨ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਦੀ ਧੰਨ ਹੈ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਤੂੰ ਠਾਕੁਰ ਤੁਮ ਹੈ ਅਰਦਾਸ ਜੀਓ ਪਿੰਡ ਸਾਹਿਬ ਤੁਮ ਮਾਤ ਪਿਤਾ ਹਮ ਤੁਮਰੀ ਸੁਖ ਕਨੇਰੇ ਕੋਈ ਨ ਜਾਣੈ ਸਗਲ ਸਮਗਰੀ ਤੁਮਰੈ ਸੁਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾ ਤੁਮਰੀ ਗਤ ਮਿਤ ਤੂੰ ਹੀ ਜਾਣੀ ਨਾਨਕ ਦਾਸ ਸਦਾ ਕੁਰਬਾ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਵਾਹਿਗੁਰੂ ਵਾਹਿਗੁਰੂ ਅਰਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ
ਫਿਰ ਤਾਂ ਬਗਾਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰ ਗੁਰਨੋ ਸਿਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜੇ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉਣੀ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇ ਵਾਹੀ ਦੇਗ ਸੁਣ ਕੇ ਅੰਡਿਡ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਵਾਈਆਂ ਦਾ ਧਿਆਨ ਧਰ ਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਮਾਈਆਂ ਬੀਬੀਆਂ ਨੇ ਜੇਲਾਂ ਦੇ ਵਿੱਚ ਸਵਾ ਸੁਮਣ ਪੀਸਣੇ ਪੀਸੇ ਖੰਨੀ ਖੰਨੀ ਟੁਕੜੇ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਕਰਵਾ ਕਰਕੇ ਗਲਾਂ ਦੇ ਵਿੱਚ ਹਾਰ ਪਵਾਏ ਧਰਮ ਨਹੀਂ ਹਾਰਿਆ ਅਸਹਿ ਤੇ ਅਕਹਿ ਕੱਟ ਸਾਰ ਦੇ ਪੰਥਲੀ ਕੁਰਬਾਨੀਆਂ ਦਿੱਤੀਆਂ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਿਆ ਮੁੱਖੋਂ ਸੀਨਾ ਵਿਚਾਰੀ ਤਿੰਨਾਂ ਮਾਈਆਂ ਬੀਬੀਆਂ ਬਚੰਗੀਆਂ ਸੋ ਸੰਤਾਂ ਮਹਾਂਪੁਰਖਾਂ ਦੀਆਂ ਪਵਿੱਤਰ ਕਵਾਈਆਂ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਤਿ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਤ ਦੇਗ ਤੇ ਫਤਿਹ ਵਿਰਧ ਕੀ ਪੈਦ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਵਰਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿੱਧਾਂ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸਾਧ ਸੰਗ ਜੀ ਬੋਲਣਾ ਜੀ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰਾਖਾ ਪਕਾਲ ਪੁਰਖ ਵਾਹਿਗੁਰੂ ਜੀਓ ਹੇ ਨਵਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੀ ਅਪਾਰ ਅਪਾਰ ਬਖਸ਼ਿਸ਼ ਹੋਈ ਹੈ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਆਪ ਜੀ ਵੱਲੋਂ ਬਖਸ਼ੇ ਸਥਾਨਾਂ ਦੇ ਉੱਤੇ ਗੁਰਦੁਆਰਾ ਈਸ਼ਰ ਪ੍ਰਕਾਸ਼ ਤਵਾੜਾ ਸਾਹਿਬ ਵਿਖੇ ਐਤਵਾਰ ਦੇ ਸਮਾਗਮ ਮਨਾਉਣਾ ਕੀਤੇ ਗਏ ਆਪ ਜੀ ਦੀ ਹਜ਼ੂਰੀ ਦੇ ਵਿੱਚ ਕਥਾ ਕੀਰਤਨ ਵਿਖਿਆਨ ਹੋਏ ਹੋਈਆਂ ਭੁੱਲਾਂ ਖਿਵਾਂ ਕਰਨੀਆਂ ਦਿੱਤੇ ਗਏ ਉਪਦੇਸ਼ ਜ਼ਿੰਦਗੀ ਦੇ ਅੰਦਰ ਕਮਾਉਣ ਦਾ ਬਲ ਪਾਤਸ਼ਾਹ ਬਖਸ਼ਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਲੇਖੇ ਦੇ ਵਿੱਚ ਲਾਉਣੀਆਂ ਤਿਲ ਫੁੱਲ ਪੇਟਾਵਾਂ ਦਰਤੇ ਪ੍ਰਵਾਨ ਕਰਨੀਆਂ ਸੰਗਤਾਂ ਵੱਲੋਂ ਕੀਤੀਆਂ ਸੇਵਾਵਾਂ ਕਾਲਣਾ ਥਾਂ ਪਾਉਣੀਆਂ ਵਿਘਨਾਂ ਦੇ ਨਾਸ਼ ਭਜਨ ਬਾਣੀ ਦੇ ਪ੍ਰਤਾਪ ਬਖਸ਼ਣੇ ਅੰਗ ਸਿੰਘ ਸਹਾਇਤਾ ਕਰਨੀ ਚੜ੍ਹਦੀਆਂ ਕਲਾਂ ਬਖਸ਼ਣੀਆਂ ਸੋ ਸੰਗਤ ਅਰਦਾਸ ਬੇਨਤੀ ਹੈ ਆਪਣਿਆਂ ਸੇਵਕਾਂ ਪਿਆਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ ਪੂਰਨ ਦੇ ਰੋਗਤਾ ਦੀ ਬਖਸ਼ਿਸ਼ ਰੱਖਣੀ ਤਾਂ ਜੋ ਸੰਗਤਾਂ ਨੂੰ ਐਸੇ ਤਰ੍ਹਾਂ ਆਪ ਜੀ ਦੇ ਚਰਨਾਂ ਨਾਲ ਜੋੜਦੇ ਰਹਿਣ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਜੋੜਨੀਆਂ ਹੋਈਆਂ ਹਨ ਕਿਰਪਾ ਕਰਨੀ ਸਤਿਗੁਰੂ ਸਾਹਿਬ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਜਸਪ੍ਰੀਤ ਕੌਰ ਜੀ ਤੇ ਭਾਈ ਭੁਪਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਸੰਗਤ ਰਾਹੀਂ ਅਰਦਾਸ ਬੇਨਤੀ ਕਰਦੇ ਹਨ ਗੁਰੂ ਕੇ ਲੰਗਰਾਂ ਅਤੇ ਦੇਗਾਂ ਦੀ ਸੇਵਾ ਕਰਵਾ ਰਹੇ ਹਨ ਆਪਣੇ ਬਜ਼ੁਰਗਾਂ ਦੀ ਆਦਿ ਦੇ ਸੇਵਾਵਾਂ ਹੋ ਰਹੀਆਂ ਹਨ ਕਿਰਪਾ ਕਰਨੀ ਵਿਛੜੀਆਂ ਹੋਈਆਂ ਆਰੂਆਂ ਨੂੰ ਸ਼ਾਂਤੀ ਬਖਸ਼ਣੀ ਦੇਸ਼ਾਂ ਵਿਦੇਸ਼ਾਂ ਸਹਾਈ ਹੋਣਾ ਚੜ੍ਹਦੀਆਂ ਕਲਾਂ ਬਖਸ਼ਣੀਆਂ ਭਾਈ ਸੁਖਵੀਰ ਸਿੰਘ ਜੀ ਦੇਸ਼ ਵਿਦੇਸ਼ 'ਚ
सतगुरु साहब जी कृपा करनी सहायता करनी बेनती करते देगा की सेवा करवा रहे हैं। भाई मेहर सिंह जी वालों घर की सुख शांति बेटी अमृत कौर की तंदुरुस्ती देश की सेवा बीबी अमेरा जी आस्ट्रेलिया तो देरुता ली भाई मक्खन सिंह जी वालों गुप्तरदास बीबी रतन कौर जी मकान वेखन भाई गुरमत सिंह जी गुरमीत सिंह काज रास होते खुशदीप सिंह देवरोता वास्ते होर भी संगत वालों घर की सुख शांति चढ़ती कला देरुता तंदुरुस्तिया अरदासा बेनती जोदड़िया हुई हैं। गुरमत अनुसार मनोकामनावां संपूर्ण करनिया बख्शिया दाता विचों पंचम गुरदासा जी दे सज के हाजिर हुई है। आप जी भोग लावो भोग लग्या शीत प्रसाद सो संचरताउण दी आग्या बख्शो प्यारे हुकमनामे बख्श के साध संगतां नू निहाल करो से गुरु प्यारे मिलो जिन्हां नू मिलते आप ही दाई नाम चित आवे नानक नाम चढ़दी कला तेरे भाणे सरबत दा। वाहिगुरु जी का खालसा वाहिगुरु जी की फतेह। दोहरा गया भई अकाल की तब चलायो सब सिखण को हुक्म है गुरु मान्यो गुरु ग्रंथ जी मान्यो प्रगट गुरां की दे जो प्रभु को मिल बोच है खोज शब्द में राज करेगा खालसा आकी रहे ना खार हुए सा मिलेंगे बचे शरण जो वाहिगुरु नाम जहाज है चढ़े सो तरे पा जो सरदा कर सेवन दे गुरु पार अवतारण हार बोले सो निहार सत श्री अकाल वाहिगुरु जी का खालसा वाहिगुरु जी की फतेह। सतनाम श्री वाहिगुरु साहेब जीओ। मैं मूर्ख की के तक बात है कोट पराधी तरियारे गुरु नानक जिन सुनिया पेखिया से फिर गर्भासना परियारे आपे हर एक रंग है आपे बहु रंगी जो तिस भाव है नानका साई गल चंगी। वाहिगुरु जी सोरठ महला पंजवां परमेश्वर दिता बन्ना दुख रोग का डेरा पन्ना परमेश्वर दिता बन्ना दुख रोग का डेरा पन्ना आनंद करहे नर नारी हर हर प्रभ कृपा धारी संत हो सुख होआ सब थाई पार ब्रह्म पूरन परमेश्वर रव रहया सबनी जाई रहाओ तुर की बाणी आई
तिन सगली चिंत मिटाई। दयाल पुरख मेहरबाना हर नानक साच बखाना, तुर की बाणी आई तिन सगली चिंत मिटाई। दयाल पुरख मेहरबाना हर नानक साच बखाना, वाहिगुरु जी का खालसा वाहिगुरु जी की फतेह। गुरु रूप सरबत साध संगत, सब तो पहला रसना पवित्र करो, गज वज के उच्चारण करो वाहिगुरु जी का खालसा वाहिगुरु जी की फतेह। सतगुरां दी साडे ते महान बख्शिश रहमत है। काफी समय तो काफी दिनों तो असीं जगत गुरु गुरु नानक पातशाह महाराज जी की याद विच जुड़ के बैठते हाँ, समां और सवासां नूं सफला करते हाँ। पंचम पातशाह महाराज गुरदेव दे बचन ने हर गुरु नानक जिन सुनिया पेखिया, गुरु नानक जिन सुनिया पेखिया से फिर गिरबास ना परे आ रे। सुनंदा ते पेखण दे अर्थ बड़े गहरे ने। एक तो स्पष्ट अर्थ ने, सुनन दा मतलब है कि गुरु नानक दे उपदेश नूं सुन लिया। इहदे पिछे एक गुप्त अर्थ है कि जिन्होंने सुनिया ते अपने जीवन दे विच ढाल लिया। पेखिया दा मतलब है गुरु नानक दे जिन्होंने दर्शन किते। गुरु नानक महाराज जी दे दर्शन, गुरु ग्रंथ साहब जी दे दर्शन एको ही गल है। इहदे पिछे गुप्त अक्त है जिन्होंने इन्हां नूं हिरदे विच वसाया, उन्हां दा फिर जन्म मरण दोए रोग कटे गए। गुरु नानक पातशाह जगत गुरु ने और गुरु नानक सब तो वड्डे ने, सब ते वड्डा सतगुरु नानक जिन कल राखी मेरी। अपने अपने धर्मां दे पीर पैगंबर औली अवतार सब अपने नूं वड्डा कहिंदे ने, पर गुरबाणी दे अंदर सतगुरु महाराज गुरु नानक साहब नूं वड्डा क्यों कहा है? क्योंकि वह वाहिगुरु ने समय समय अनुसार देवी देवते पीर पैगंबर औलीए अवतार भेजे, जिहो जी लोड़ सी उन्नियां क शक्तियां दे के भेज दिते। जिहा जा समा जिहो जी बीमारियां उह जा डाक्टर, 14 कला संपूर्ण 16 कला संपूर्ण। पर कलयुग दे अंदर वह अकाल पुरख वाहिगुरु ने अपनियां निज दियां शक्तियां, या इउं कह लईए गुरु नानक पातशाह दा उन्होंने मनुखा शरीर धारण कर लिया, अपनियां शक्तियां गुरु नानक दे अंदर सारियां दियां सारियां रख दित्तियां। को गुरु परमेशर केवल ते केवल गुरु नानक साहब ने, इस करके सब ते वड्डे ने। अकाल पुरख वाहिगुरु दी कचहरी च जिवें महापुरख समझाउंदे सी, बचन होया सी कि मैं पार ब्रह्म परमेशर ते तू गुर परमेशर, तेरे च मेरे च कोई अंतर नहीं, जो तू सो मैं, जो मैं सो तू, जिहदे ते मेरा कर्म उहदे ते तेरा कर्म, जिहदे ते तेरी रहमत उहदे ते मेरी रहमत। इस करके गुरु नानक पातशाह महाराज सब तो उच्चे ने, वह अकाल पुरख वाहिगुरू दा आप सरगुण स्वरूप ने। धन वो जिहड़े उन्हां नूं सिमरदे ने, याद करदे ने। सो बच्चे दा नां रखण वास्ते बेनती पप्पा अखर परमप्रीत सिंह, ये जे लड़का नां रख लिया जाए, जे लड़की है तां परमजीत कौर, ये दो नां महापुरखां वल्लों रखे गए ने हन। परमप्रीत सिंह और परमजीत कौर, ये दो नां बच्चियां वल्लों रखे गए, बच्चियां दे रखे गए ने। माता पिता नोट करन दी कृपालता करन। हुण अरदास सुणी है ते उस तो बाद गुरु महाराज जी दे सवारे निज स्थान ते जाणगे। फिर गुरु प्यारियां सर्व संगतां ने प्रेम नाल गुरु का लंगर छक के जाना है। तो सारियां संगतां दा बहुत बहुत धन्नवाद। वाहिगुरू जी का खालसा वाहिगुरू जी की फतेह।
ਚੜ੍ਹਦੇ ਕਲਾ ਸਵਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਥੇ ਜਾਏ ਬਹਿ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਧੁਰਮੁਖ ਲਾਵਾ ਗੁਰ ਸਿੱਖਾਂ ਕੀ ਕਾਲ ਥਾਇ ਪਾਇ ਜਿਨ ਹਰ ਨਾਮ ਤੇ ਆਵਾ ਨਾਮ ਤੇ ਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਥਾਨ ਸੁਹਾਵਾ ਰਾਮ ਰਾਜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।